ਇੱਥੇ ਤਾਂ ਕੋਈ ਗਲਾਸ ਹੀ ਨਹੀਂ ਸੀ। ਕੌਣ ਹੈ? ਕੌਣ ਹੈ ਬਾਹਰ? ਕੁੰਡੇ ਵੀ ਲੱਗੇ ਪਏ ਆ। ਕੌਣ ਹੋ ਸਕਦਾ ਹੈ? ਮੇਰੇ ਮਨ ਦੇ ਵਹਿਮ ਹੋਣਾ, ਕੋਈ ਬਿੱਲੀ ਬੁੱਲੀ ਹੋਣੀ। ਗੇਟ ਵੀ ਅੜਿਆ ਪਿਆ, ਕੀ ਹੋ ਰਿਹਾ? ਮੈਨੂੰ ਪਤਾ ਨਹੀਂ, ਮੇਰੇ ਮਨ ਦਾ ਵਹਿਮ ਆ, ਦਿਮਾਗ ਖਰਾਬ ਹੋ ਗਿਆ। ਇੱਕ ਤਾਂ ਊਂ ਇਕੱਲੀ, ਹੋ ਸਕਦਾ ਹੈ ਬੇਬੇ ਨੂੰ ਕਿਹਾ ਸੀ 4 ਦਿਨ ਮੇਰੇ ਕੋਲ ਰਹਿ ਪਾ, ਉਹਦਾ ਕਿਹੜਾ ਇੱਥੇ ਜੀ ਲੱਗਦਾ? ਰੱਬ ਨਹੀਂ ਰੋਟੀ ਖਾਂਦਾ, ਭਾਬੀਆਂ ਦਾ ਨਹੀਂ ਸਰਦਾ, ਪਤਾ ਨਹੀਂ ਉਹਦਾ ਉੱਥੇ ਕੀ ਧਰਿਆ ਪਿਆ। 2 ਜਣੀਆਂ ਨੂੰ ਸਹਾਰਾ ਹੀ ਹੋ ਜਾਂਦਾ ਇੱਕ ਦੂਜੇ ਦਾ, ਇਕੱਲੇ ਬੰਦੇ ਨੇ ਤਾਂ ਕੰਧੇ ਹੀ ਡਰਾਈ ਜਾਂਦੀਆਂ ਨੇ। ਚੰਨੀ ਨੂੰ ਮਾਰ ਤਾਂ ਦਿੱਤਾ, ਪਤਾ ਨਹੀਂ ਕਿਉਂ ਇੰਨਾ ਡਰ ਲੱਗਦਾ। ਹੁਣ ਵੀ ਉਹਦਾ ਇਹੀ ਖੌਫ ਰਹਿੰਦਾ ਕਿਤੇ ਸੱਚੀ ਵੀ ਉਹ ਮਰ ਗਿਆ ਕਿ ਜਿਉਂਦਾ ਵਾਪਸੀ ਨਾ ਜੇ। ਕੰਜਰ ਨੇ ਡਰ ਹੀ ਇੰਨਾ ਬੜਿਆ ਹੋਇਆ ਸੀ, ਪਰ ਉਹ ਕਿਵੇਂ ਵਾਪਸ ਆ ਜਾਊਗਾ? ਮੈਂ ਤਾਂ ਉਹਨੂੰ ਆਪਦੇ ਹੱਥੀ ਮਾਰਿਆ, ਐਵੇਂ ਨਹੀਂ ਹੋ ਸਕਦਾ। ਬਿਕਰਾ, ਓ ਬਿਕਰਾ, ਬਾਜ ਮਾਰ। ਦਿਸਦਾ ਕਿਤੇ ਹੈ ਨਹੀਂ, ਬਾਜ ਪ੍ਰਧਾਨ ਦੀ ਹੈ। ਬਿਕਰਾ, ਇੱਧਰ ਉੱਧਰ ਨਾ ਦੇਖ, ਮੈਂ ਤੈਨੂੰ ਜੋ ਕੰਮ ਕਿਹਾ ਨਾ, ਯਾਦ ਆ ਨਾ? ਬਦਲਾ ਬਦਲਾ ਲੈਣਾ ਤੂੰ ਮੇਰਾ। ਸਰਪੰਚ ਹਰੀਤ ਨੂੰ ਖਤਮ ਕਰਨਾ। ਬਿਕਰਾ, ਇੱਕ ਦਿਨਾ ਕਿਤੇ ਨਹੀਂ, ਤੂੰ ਦਿਖਾਈ ਤਾਂ ਦੇ ਮੈਨੂੰ ਪ੍ਰਧਾਨ, ਬੋਲੀ ਕਿੱਥੇ ਜਾਣਾ? ਬਿਕਰਾ, ਤੂੰ ਇੱਕ ਵਾਰੀ ਹਾਂ ਕਰ, ਫੇਰ ਤੈਨੂੰ ਦਿਖਾਈ ਦਊਂਗਾ, ਨਹੀਂ ਤਾਂ ਤੈਨੂੰ ਪਤਾ ਮੇਰਾ ਕਿੰਨਾ ਭੈੜਾ ਬੰਦਾ ਮੈਂ, ਸਾਰੇ ਟੱਬਰ ਨੂੰ ਤੰਗ ਕਰੂੰਗਾ। ਲਏਗਾ ਪਤਲਾ, ਜਲਦੀ ਦੱਸ। ਮੈਂ ਜਲਦੀ ਦੱਸ ਦੂੰ, ਪਰ ਮੈਨੂੰ ਤੂੰ ਮਾੜਾ ਜਿਹਾ ਦਿਸ ਤਾਂ ਸਹੀ, ਕਿੱਥੇ ਖੜਿਆ ਪ੍ਰਧਾਨ? ਮੈਨੂੰ ਦਿੰਦਾ ਕਿਉਂ ਨਹੀਂ ਬਾਈ ਤੂੰ? ਤੇਰੇ ਸੁਪਨੇ 'ਚ ਹੀ ਆਊਂਗਾ ਮੈਂ। ਸੁਪਨੇ 'ਚ ਆਏਗਾ ਬਾਈ? ਹਾਂ, ਹੁਣ ਵੀ ਮੈਂ ਕਿਤੇ ਸੁਪਨਾ ਤਾਂ ਨਹੀਂ ਦੇਖੀ ਜਾਂਦਾ? ਨਹੀਂ, ਸੁਪਨਾ ਨਹੀਂ ਦੇਖਦਾ। ਨਾਲੇ ਤੈਨੂੰ ਵਧਾਈਆਂ ਸਰਪੰਚ ਦੀਆਂ, ਮੈਡਮ ਕਹਿੰਦੀ ਸਰਪੰਚ ਬਣਾਉਣਾ ਤੈਨੂੰ। ਪ੍ਰਧਾਨ ਜੀ, ਸੱਚੀ ਤੈਨੂੰ ਕਿਵੇਂ ਪਤਾ ਲੱਗਿਆ ਵੀ ਮੈਂ ਸਰਪੰਚ ਬਣ ਜਾਣਾ? ਮੈਨੂੰ ਸਾਰਾ ਕੁਛ ਪਤਾ, ਇਹ ਗਲਤ ਫਹਿਮੀ ਕੱਢਦੀ ਵੀ ਮੈਨੂੰ ਕੁਛ ਨਹੀਂ ਪਤਾ। ਮੈਂ ਤੇਰੇ ਨਾਲ 24 ਘੰਟੇ ਰਹੂੰਗਾ, ਜਿੰਨਾ ਚਿਰ ਮੇਰਾ ਬਦਲਾ ਨਹੀਂ ਪੂਰਾ ਹੁੰਦਾ। ਤੂੰ ਮੇਰੇ ਨਾਲ ਹੀ ਰਹੇਗਾ 24 ਘੰਟੇ? ਹਾਂ, ਮੈਂ ਤੈਨੂੰ ਦਿਖਾਈ ਨਹੀਂ ਦਿੰਦਾ, ਮੈਂ ਜਦੋਂ ਦਿਖਾਈ ਦਊਂਗਾ ਮੈਂ ਆਪਦੀ ਮਰਜ਼ੀ ਨਾਲ ਹੀ। ਚੰਨੀ ਪ੍ਰਧਾਨ, ਤੂੰ ਸੱਚੀ ਭੂਤ ਬਣ ਕੇ ਮੇਰੇ ਨਾਲ ਨਾਲ ਰਹਿਣ ਲੱਗ ਗਿਆ?
ਜਿਸ ਤੋਂ ਨਾਲ ਤੈਨੂੰ ਇਹ ਪਤਾ ਲੱਗ ਗਿਆ ਵੀ ਮੈਂ ਸਰਪੰਚ ਬਣ ਜੂ, ਫਿਰ ਬਈ ਮੈਂ ਜਿੱਤ ਵੀ ਜਾਊਂਗਾ ਕਿ ਜਿੱਤਾਵਾਂਗੇ ਤੈਨੂੰ ਜੇ ਬਦਲਾ ਲਏਗਾ, ਨਹੀਂ ਤਾਂ ਮੈਂ ਸਾਰਿਆਂ ਨੂੰ ਮਾਰ ਦੂ। ਨਹੀਂ ਵਾਹ, ਫਿਰ ਜਦੋਂ ਤੂੰ ਮੇਰੇ ਨਾਲ ਹੋਇਆ ਫਿਰ ਮੈਨੂੰ ਬਦਲਾ ਲੈਣਾ ਕੀ ਔਖਾ? ਕੋਈ ਗੱਲ ਨਹੀਂ, ਪਰ ਬਈ ਬਣ ਕੇ ਮੈਨੂੰ ਤੂੰ ਦਿਖਾਈ ਤਾਂ ਦੇ ਦਿਆ ਕਰ, ਹੁਣ ਤੂੰ ਮੈਨੂੰ ਦਿਸਦਾ ਕਿਉਂ ਨਹੀਂ? ਬਸ 2-4 ਦਿਨ ਇੰਤਜ਼ਾਰ ਕਰ, ਤੈਨੂੰ ਦਿਖਾਈ ਵੀ ਦੇਣ ਲੱਗ ਜੂੰਗਾ। ਅਜੇ ਮੇਰੇ ਦਿਨ ਰਹਿੰਦੇ ਥੋੜ੍ਹੇ ਜਿਹੇ, ਹੋ ਜਾਂਦੇ ਪੂਰੇ। ਠੀਕ ਹੈ, ਤੇਰਾ ਬਦਲਾ ਮੈਂ ਚਰਨੇ ਤੋਂ ਨਾਲੇ ਰੀਤ ਤੋਂ ਲਵਾਂਗਾ। ਬਾਕੀ ਸਿਰੇ ਤੂੰ ਮੇਰੇ ਨਾਲ ਹੀ ਰਹੀ, ਕਿਉਂ ਮੈਂ ਕਦੇ ਇਹੋ ਜਿਹੇ ਕੰਮ ਕੀਤੇ ਨਹੀਂ ਸੀ ਪ੍ਰਧਾਨ, ਇਹ ਤੇਰੇ ਕਹਿਣ 'ਤੇ ਕਰਨ ਲੱਗਿਆ। ਹੁਣ ਮੈਂ ਮੁੜ ਜਾ ਪੁੱਠਾ? ਨਾ ਜਾ, ਹੁਣ ਜਿਹੜਾ ਕੰਮ ਜੇ ਕਰਨਾ ਚੰਗਾ। ਸਤਿ ਸ੍ਰੀ ਅਕਾਲ ਜੀ ਚਰਨਾ ਸਿੰਘ ਜੀ। ਵਾਓ ਜੀ, ਸਰਪੰਚ ਸਾਹਿਬ। ਸਰਪੰਚ ਸਾਹਿਬ? ਉਹ ਕੋਈ ਨੀ, ਦੇਖੀ ਜੋ ਸਰਪੰਚ ਸਾਹਿਬ ਜਦੋਂ ਬਣਾਂਗੇ ਉਦੋਂ ਕਹੀ ਸਰਪੰਚ, ਹਜੇ ਤਾਂ ਬਣੇ ਨੀ ਨਾ। ਓਏ ਹੁਣ ਵੀ ਸਰਪੰਚੀ ਆ, ਜਿੰਨਾ ਚੱਕ ਹੁਣ ਕਹਿੰਦੇ ਵੋਟਾਂ ਦੁਬਾਰੇ ਨੀ ਪੈਂਦੀਆਂ ਤੇ ਉਨਾ ਚੱਕ ਕੰਮ ਸਾਰਾ ਤੈਨੂੰ ਹੀ ਸੰਭਾਲਦਾ, ਮੈਂ ਸੁਣਿਆ ਸੀ ਪਿੰਡ ਚ। ਐਂ ਤਾਂ ਖਾ ਠੀਕ ਹੈ, ਐਂ ਤਾਂ ਫਿਰ ਸਰਪੰਚ ਬਣ ਹੀ ਗਏ, ਪਰ ਅਸਲੀ ਮੋਹਰ ਤਾਂ ਹਜੇ ਲੱਗਣੀ ਹੈ ਨਾ। ਚੱਲ ਕੋਈ ਗੱਲ ਨੀ, ਉਹ ਵੀ ਲੱਗ ਜੂਗੀ। ਹੋਰ ਦੱਸ ਤੂੰ? ਠੀਕ ਹੈ ਚਰਨਾ ਸਿਆ, ਮੈਂ ਤਾਂ ਕੋਈ ਕੰਮ ਆਇਆ ਸੀ ਤੇਰੇ ਕੋਲੇ। ਦੱਸੋ ਜੀ ਕੰਮ ਕੀ ਆਇਆ ਸੀ? ਮੈਨੂੰ ਪਤਾ ਕਿਹੜਾ ਕੰਮ ਆਇਆ ਸੀ, ਹਿਸਾਬ ਕਿਤਾਬ ਹੀ ਕਹਿੰਦਾ ਹੋਏਗਾ, ਉਹੀ ਹਿਸਾਬ ਕਿਤਾਬ ਕਰੀ ਜਾਂਦਾ ਸੀ ਸਾਰਾ, ਵੀ ਚੱਲ ਉਹਨੂੰ ਮੈਂ ਹਿਸਾਬ ਕਿਤਾਬ ਦੇ ਦਿਆਂ, ਕਹਿੰਦਾ ਭਾਈ ਆਹ ਚੀਜ਼ ਆ ਇੱਥੇ ਚੱਲ ਤੁਸੀਂ ਆਹ ਕਰਾਂ ਡਾਈ ਸੀ, ਆਹੀ ਕੰਮ ਆਇਆ ਕਿ ਹੋਰ ਕੰਮ ਆਇਆ? ਹਾਂ ਬਸ ਤੂੰ ਸਮਝ ਗਿਆ ਜਾਣੀ। ਉਹ ਮੈਂ ਤਾਂ ਪਹਿਲੀ ਤਿਆਰੀ ਰੱਖੀ ਬੈਠਾਂਗਾ, ਮੈਨੂੰ ਪਤਾ ਲੱਗ ਗਿਆ, ਮੈਂ ਹਿਸਾਬ ਕਿਹੜਾ ਜ਼ਰੂਰ ਪੁੱਛਣਗੇ, ਹੱਕ ਵੀ ਬਣਦਾ। ਆਪਾਂ ਦੱਸ ਦੇਈਏ, ਕੋਈ ਗੱਲ ਨਹੀਂ, ਸਾਰਾ ਹਿਸਾਬ ਕਿਤਾਬ ਦੀ ਕੋਲ ਕਿਹੜਾ ਲਿਫਟ ਪਹੁੰਚੂ, ਵੀ ਆਹ ਚੀਜ਼ ਆਇਆ ਸੀ ਪਿੰਡ 'ਚ, ਇੱਥੇ ਪੈਸਾ ਲੱਗਿਆ, ਰੁਪਈਏ ਦਾ ਫਰਕ ਨਹੀਂ ਪੈਂਦਾ। ਬਸ ਇਹੀ ਗੱਲ ਬਾਤ ਹੈ, ਵੀ ਪਿਛਲਾ ਹਿਸਾਬ ਕਿਤਾਬ ਕਲੀਅਰ ਕਰਕੇ ਦਿਓ ਮੈਨੂੰ। ਉਹ ਤੈਨੂੰ ਸਾਰਾ ਮਿਲ ਜੂਗਾ, ਜਿੱਥੇ ਰੁਪਈਆ ਲੱਗਿਆ ਸੀਗਾ, ਜਿੰਨੇ ਪੈਸੇ ਪਏ ਆ, ਜਿਹੜੇ ਬਚੇ ਪਏ ਆ ਉਹ ਵੀ ਤੈਨੂੰ ਦੱਸ ਦੂ, ਭਾਈ ਇੰਨੇ ਪਏ ਆ, ਇੱਥੇ ਲੱਗੇ ਸੀ ਰੁਪਈਆ, ਉੱਧਰ ਉੱਧਰ ਹੀ ਨਹੀਂ ਹੁੰਦਾ, ਨਾ ਇਹ ਗੱਲ ਦਾ ਤੈਨੂੰ ਪਤਾ ਗਾ, ਨਾ ਹੀ ਆਪਾਂ ਕਿਤੇ ਵਾਧੂ ਖਰਚਾ ਕਰਿਆਗਾ, ਅਤੇ ਨਾ ਹੀ ਮੈਂ ਕਿਸੇ ਨੂੰ ਕਰਨ ਦੇਵਾਂ, ਮੇਰਾ ਉਹ ਕੰਮ ਤਾਂ ਹੈ ਨਹੀਂ ਗਾ ਵੀ ਲਾਏ 5 ਤੇ ਲਿਖ ਦੂ 50, ਜੇ 5 ਲੱਗੇ ਤਾਂ 5 ਹੀ ਲਿਖੇ ਵੇ। ਠੀਕ ਹੈ, ਨਾ ਹੀ ਅੱਜ ਤੱਕ ਪੈਸਾ ਖਾਧਾ ਗਾ ਅਤੇ ਨਾ ਹੀ ਖਾਣਾਗਾ। ਹੋਰ ਦੱਸ? ਸਮਝਦਾ ਬੜਾ ਇਮਾਨਦਾਰ ਕਹਾਉਣਾ ਲੋਕਾਂ ਦੇ ਸਾਹਮਣੇ ਤਾਂ ਤੂੰ ਆਇਆ, ਤਾਂ ਮੈਂ ਇਸੇ ਗੱਲ ਹੀ ਸੀ, ਪਰ ਠੀਕ ਹੈ ਆ ਬਹਾਨਾ ਸਮਝ ਲੈ, ਜਿੱਦੇ ਕੰਡੇ ਕੱਢੇ ਨਾ ਉਹਦੇ ਮੈਂ ਹੀ ਕੱਢਣ। ਕੁਛ ਕਿਹਾ ਬਿਕਰਾ? ਨਹੀਂ ਨਹੀਂ, ਠੀਕ ਹੈ ਹਿਸਾਬ ਕਿਤਾਬ ਤਾਂ ਕਲੀਅਰ ਹੀ ਚਾਹੀਦਾ ਜੀ। ਹਾਂ ਜ਼ਰੂਰੀ ਆ, ਮੇਰਾ ਵੀ ਹੱਕ ਬਣਦਾ, ਤੇਰਾ ਵੀ ਹੱਕ ਬਣਦਾ ਲੈਣ ਦਾ। ਭਾਈ ਦੱਸ ਜਦੋਂ ਤੈਨੂੰ ਕੋਈ ਸਰਪੰਚੀ ਸਮਝਾਤੀ ਇਹ 'ਚ ਕੀ ਗੱਲ ਆ ਗਈ? ਅਤੇ ਨਾਲੇ ਹੁਣ ਜੇ ਸਰਪੰਚੀ ਮੈਨੂੰ ਮਿਲ ਜਾਂਦੇ ਤਾਂ ਤੁਸੀਂ ਕੀ ਕਰੋਗੇ ਫਿਰ ਉਸ ਤੋਂ ਬਾਅਦ? ਆਪਾਂ ਕੀ ਕਰਨਾ, ਹੁਣ ਆਪਾਂ ਸਰਪੰਚੀ ਥੋੜ੍ਹੀ ਪੰਗਾ ਲਵਾਂਗੇ, ਛੋਟੀਆਂ ਮੋਟੀਆਂ ਹੁਣ ਮੈਂ ਸਰਪੰਚੀਆਂ ਨਹੀਂ ਕਰਦਾ, ਮੈਂ ਤਾਂ ਜੇ ਮਾਰਿਆ ਹੁਣ ਵੱਡਾ ਹੱਥ ਹੀ ਮਾਰੂੰਗਾ। ਵੱਡਾ ਹੱਥ ਮਾਰੂ? ਵੱਡਾ ਹੱਥ ਮਾਰਦਾ ਇਹ ਤਾਂ ਵਿਕਰ ਤੋਂ ਝਿਜਕਦਾ ਜਾਂਦਾ ਵੀ ਹੁਣ ਬਰਾਬਰ ਖੜਾ ਹੋ ਗਿਆ, ਜਿੱਤਣ ਦੇ ਚਾਂਸ ਦਿੰਦੇ ਆ ਨਾ ਤੈਨੂੰ ਹੁਣ ਵੀ ਵਿਕਰ ਜਿੱਤੂਗਾ। ਮੈਂ ਕੁਛ ਕਿਹਾ ਸੀ ਵਿਕਰ? ਉਹ ਨਹੀਂ, ਮੈਂ ਕਹਿੰਦਾ ਸੀਗਾ ਮੈਂ ਕਿਹਾ ਚੱਲ ਅੱਗੇ ਜਿਹੜੇ ਖਰਚੇ ਖੁਰਚੇ ਹੋ ਗਏ ਠੀਕ ਹੈ ਸਾਰੇ ਕਲੀਅਰ ਕਰਕੇ ਦੇ ਦਿਓ ਅਤੇ ਮੈਂ ਚੱਲਦਾ ਜੀ ਫਿਰ। ਚਲੋ ਕੋਈ ਗੱਲ ਨਹੀਂ, ਇਹ ਸ਼ਾਮ ਤੱਕ ਤੇਰੇ ਕੋਲ ਲਿਫਟ ਪਹੁੰਚ ਜੂਗੀ, ਠੀਕ ਆ, ਮੈਂ ਮੈਂਬਰ ਨੂੰ ਭੇਜ ਦੂੰਗਾ ਅਤੇ ਤੈਨੂੰ ਫੜਾ ਆਊਗਾ। ਠੀਕ ਹੈ, ਇਕੱਲੀ ਇਕੱਲੀ ਚੀਜ਼ ਲਿਖ ਕੇ ਦੇਊਂਗਾ,
ਹੋਰ ਦੱਸ, ਹੋਰ ਠੀਕ ਹੈ? ਹਾਂ ਜਾਵਾਂ, ਬਹੁਤ ਵਧੀਆ। ਸੱਚ ਗੁੜੀਆ ਕਿਵੇਂ ਤੇਰੀ? ਗੁੜੀਆ ਗੁੜੀਆ ਠੀਕ ਹੈ, ਧੰਨਵਾਦ ਤੁਹਾਡਾ। ਉਹ ਵੀ ਮੈਂ ਭੁੱਲ ਗਿਆ ਤੁਹਾਡਾ ਧੰਨਵਾਦ ਕਰਨਾ, ਤੁਸੀਂ ਮੇਰੀ ਗੁੜੀਆ ਦੇ ਵਿਆਹ 'ਚ ਬਹੁਤ ਮਦਦ ਕੀਤੀ ਆ। ਮਦਦ ਨਹੀਂ, ਮੇਰਾ ਫਰਜ਼ ਸੀ ਪਿੰਡ ਦੀ, ਹੁਣ ਤੂੰ ਤਾਂ ਜੇਲ੍ਹ ਵੱਗ ਗਿਆ ਸੀ, ਫਿਰ ਵੀ ਪਿੰਡ ਦੀ ਧੀ ਭੈਣ ਸੀ, ਵੀ ਮੇਰੇ ਪਿੰਡ 'ਚ ਇਹ ਕੰਮ ਹੋਵੇ ਮੈਥੋਂ ਜਰਿਆ ਨਹੀਂ ਜਾਂਦਾ, ਠੀਕ ਹੈ? ਤਾਂ ਆਪਾਂ ਨੂੰ ਜਦੋਂ ਆ ਕੇ ਦੱਸਿਆ ਤੇਰੇ ਘਰਦਿਆਂ ਦੀ ਵਿਆਹ ਗੱਲ ਆ, ਵੀ ਉੱਧਰ ਆਪਣੇ ਸਰਦਾਰ ਜੀ ਚੰਨੀ ਨੇ ਜਵਾਬ ਦੇ ਦਿੱਤਾ ਸੀਗਾ, ਫਿਰ ਵੀ ਮੈਂ ਉਹਨਾਂ ਨੂੰ ਕਿਹਾ ਮੈਂ ਤੁਹਾਡੇ ਨਾਲ ਖੜਾ ਭਾਈ, ਕੋਈ ਗੱਲ ਨਹੀਂ, ਪਰ ਜਿੰਨੇ ਪੈਸੇ ਸੀਗੇ ਮੈਂ ਦੇ ਦਿੱਤੇ ਸੀਗੇ, ਚੱਲ ਕੋਈ ਗੱਲ ਨਹੀਂ, ਮੇਰਾ ਫਰਜ਼ ਸੀਗਾ ਅਤੇ ਉਹ ਕੰਮ ਮੈਂ ਕੀਤਾ। ਸਹੀ ਗੱਲ ਹੈ ਚਰਨਾ ਸਿਆ, ਇਸੇ ਕਰਕੇ ਤਾਂ ਤੂੰ ਜਿਉਂਦਾ ਫਿਰਦਾ ਹਜੇ, ਜੇ ਇਹੋ ਜਿਹੇ ਕਰਮ ਨਾ ਕਰਦਾ ਹੁੰਦਾ ਤਾਂ ਟੰਗ ਨਾ ਦਿੱਤਾ ਹੁੰਦਾ ਹੁਣ ਨੂੰ। ਠੀਕ ਹੈ ਜੀ ਚਰਨਾ ਸਿਆ, ਮੈਂ ਚੱਲਦਾ ਫਿਰ। ਚਲੋ ਠੀਕ ਹੈ ਜੀ, ਕੋਈ ਨਹੀਂ। ਆ ਜਿਹੜੀਆਂ ਗੱਲਾਂ ਜੀ ਕਰਦਾ ਨਾ ਪਾਸੇ ਮੂੰਹ ਮੂੰਹ ਕਰਕੇ, ਵੀ ਤੈਨੂੰ ਐਂ ਸਰਪੰਚ ਨੂੰ ਕਿਹੜਾ ਪਤਾ ਲੱਗਦਾ? ਉਹ ਸਰਪੰਚ ਨੂੰ ਤਾਂ ਸਾਰਾ ਕੁਛ ਪਤਾ ਲੱਗਦਾ, ਗੱਲ ਕਰੇ ਕਿ ਸਰਪੰਚ ਬੋਲਦਾ ਨਹੀਂ। ਜੇ ਸਰਪੰਚ ਨੇ ਇਮਾਨਦਾਰੀ ਕੀਤੀ ਹੈ ਨਾ ਤੇ ਇਮਾਨਦਾਰੀ ਕਰੂਗਾ। ਬਾਕੀ ਸਿਰੇ ਗੱਲ ਰਹੀ MLA ਟਿਕਟ ਦੀ, ਉਹ ਵੀ ਤੈਨੂੰ ਮੈਂ ਸਿੱਧੀ ਕੱਢ ਕੇ ਦਿਖਾਊਂਗਾ ਵੀ ਐਂ ਜਿੱਤੀ ਦਾ ਹੁੰਦਾ। ਮੈਨੂੰ ਕਿਹਾ MLA ਬਣ ਜਾਣ ਦੇ, ਫਿਰ ਤੈਨੂੰ ਮੈਂ ਦੱਸੂਗਾ ਵੀ ਸਰਪੰਚੀ ਐਂ ਕਰੀ ਦੀ ਹੁੰਦੀ ਹੈ। ਉਹਨਾਂ ਚੱਕਾ ਚੁੱਪ ਹੀ ਰਹੂ ਮੈਂ ਵੀ। ਮੈਡਮ ਕਹਿੰਦੀ ਸੀ ਵੀ 2 ਦਿਨਾਂ 'ਚ ਆਜੂ, ਮੈਂ ਤਾਂ ਕਿਹਾ ਸੀ ਵੀ ਮੈਡਮ ਹਫ਼ਤਾ ਲੈ ਲਓ। ਅੱਛਾ 4 ਦਿਨ ਹੋ ਗਏ, ਹਾਲੇ ਤੱਕ ਵੀ ਸਰਪੰਚ ਨੂੰ ਛੱਡਿਆ ਨਹੀਂ। ਚੱਲ ਆ ਝਾੜੂ ਜਿਹਾ ਲਾ ਕੇ ਨਾ ਫਿਰ ਜਾ ਕੇ ਆਉਂਦੀ ਹਾਂ। ਮੈਂ ਵੀ ਉਹਨਾਂ ਟਾਈਮ ਮੈਡਮ ਦਾ ਖਹਿੜਾ ਛੱਡਦੀ ਨਹੀਂ ਜਦ ਤੱਕ ਉਹ ਸਰਪੰਚ ਨੂੰ ਰਿਹਾ ਨਹੀਂ ਕਰਾਉਂਦੀ। ਆਖਰ ਮੈਂ ਵੀ ਬਿੱਕਰ ਨੂੰ ਛੁਡਵਾਇਆ। ਕਿਹੜੀ ਜਨਾਨੀ ਆ ਜਿਹੜੀ ਆਪਣੇ ਘਰ ਵਾਲੇ ਦੇ ਕਤਲ ਨੂੰ ਛੁਡਵਾ ਦੂਗੀ? ਉਹ ਤਾਂ ਐਂ ਹਿੱਕ ਤਾਣ ਕੇ ਤੁਰਿਆ ਫਿਰਦਾ। ਇਹ ਕਿਹੋ ਜਿਹੀ ਡੀਲ ਆ, ਜਾ ਕੇ ਆਉਂਦੀ ਅੱਜ, ਐਂ ਨਹੀਂ ਗੱਲ ਬਣਦੀ। ਰੀਤਾ ਆ ਗਏ ਸਰਪੰਚ ਸਾਹਿਬ ਤੁਸੀਂ? ਉਹ ਠੀਕ ਹੈ? ਹਾਂਜੀ ਬਹਿ ਜਾ ਬਹਿ ਜਾ। ਝਾੜੂ ਲਾਈ ਜਾਂਦੀ ਹੈ? ਪਾਣੀ ਲੈ ਕੇ ਆਵਾ? ਨਾ ਨਾ ਕਾਸੇ ਲੋੜ ਨਹੀਂ, ਉਹ ਮੈਨੂੰ ਤਾਂ ਐਂ ਹੋ ਗਿਆ, ਮੈਂ ਚੱਲ ਮੈਂ ਭੱਜ ਕੇ ਨਾ ਰੀਤ ਕੋਲੇ ਜਾ ਕੇ ਆਵਾਂ। ਹੋਰ ਦੱਸ, ਹੋਰ ਸਭ ਠੀਕ ਹੈ? ਹਾਂਜੀ। ਨਾ ਤੁਸੀਂ ਆ ਗਏ, ਮੈਨੂੰ ਦੱਸਿਆ ਹੀ ਨਹੀਂ ਹੈਗਾ। ਓਹੋ ਦੱਸਿਆ ਐਂ ਕਹਿ ਕੇ ਮੈਨੂੰ ਦੱਸਿਆ ਨਹੀਂ, ਤਾਂ ਹੀ ਤਾਂ ਮੈਂ ਤੇਰੇ ਕੋਲ ਆਇਆ। ਹੋਰ ਮੇਰਾ ਇੱਥੇ ਕੌਣ ਹੈਗਾ? ਤਾਂ ਹੀ ਤੇਰੇ ਕੋਲ ਆਇਆ। ਚੱਲ ਐਂ ਦੱਸ। ਆਇਆ ਸੀ ਘਰ ਵੜ ਵੜ ਖਾਂਦਾ ਸੀਗਾ, ਘਰੇ ਕੋਈ ਵੀ ਨਹੀਂ ਸੀਗਾ, ਹਾਰ ਕੇ ਕੀ ਕਰਾਂ ਫਿਰ, ਤੈਨੂੰ ਪਤਾ ਹੀ ਆ, ਇੱਕ ਤੇਰੇ ਹੀ ਸਹਾਰਾ ਮੈਨੂੰ, ਹੋਰ ਕੌਣ ਹੈਗਾ? ਕੋਈ ਨਾ ਅੰਕਲ, ਤੁਸੀਂ ਟੈਨਸ਼ਨ ਨਾ ਲਓ, ਜਮੇ ਵੀ ਹੈਗੇ ਆ ਅਸੀਂ। ਮੈਨੂੰ ਐਂ ਦੱਸ ਤੁਸੀਂ ਆਏ ਕਦੋਂ ਆ? ਮੈਨੂੰ ਤਾਂ ਤੇਰੇ ਤੇ ਗੁੱਸਾ ਪੂਰਾ ਹੈਗਾ। ਕਿਉਂ? ਤੂੰ ਐਂ ਦੱਸ, ਮੈਂ ਬਾਹਰ ਆਉਂਦਾ ਚਾਹੇ ਨਾ ਆਉਂਦਾ ਕੋਈ ਚੱਕਰ ਨਹੀਂ, ਤੂੰ ਆਹ ਵਿਕਣ ਕੀ ਕੀਤਾ, ਤੂੰ ਡੀਲ ਡੂਲ ਕਾਹਦੀ ਕੀਤੀ, ਮੈਨੂੰ ਸਭ ਗੱਲ ਦਾ ਪਤਾ ਲੱਗ ਗਿਆ। ਕੋਈ ਗੱਲ ਨਹੀਂ ਅੰਕਲ, ਸਾਰੀ ਉਮਰ ਦੁਸ਼ਮਣੀ ਨਾਲ ਨਹੀਂ ਕੰਮ ਚੱਲਦਾ। ਦੁਸ਼ਮਣੀ ਹੋਰ ਕੋਈ ਆਪਣੇ ਕੋਲ ਰਾਸਤਾ ਹੀ ਨਹੀਂ ਸੀਗਾ, ਤੁਸੀਂ ਜੇਲ੍ਹ 'ਚ ਬੈਠੇ ਰਹਿੰਦੇ, ਤੁਹਾਡਾ ਤਾਂ ਕੋਈ ਕਸੂਰ ਵੀ ਨਹੀਂ, ਕਤਲ ਤਾਂ ਮੈਂ ਕੀਤਾ ਸੀ, ਤੁਸੀਂ ਕੀ ਕੀਤਾ? ਤੁਸੀਂ ਐਵੇਂ ਨਾ ਬਸ ਹੁਣ ਇਹ ਗੱਲਾਂ ਨੂੰ ਛੱਡੋ, ਵਿਕਰ ਆ ਗਿਆ ਤੁਸੀਂ ਆ ਗਏ ਬਾਹਰ, ਆਪਾਂ ਨੂੰ ਕੋਈ ਚੱਕਰ ਨਹੀਂ, ਫਿਰ ਕਿਹੜਾ ਕੋਈ ਬਦਲਾ ਜ਼ਿਆਦਾ ਲਿਆ ਜਾਊਗਾ ਜੇ ਵਿਕਰ ਜੇਲ੍ਹ 'ਚ ਬੈਠਾ ਰਹੋ। ਮੇਰੀ ਗੱਲ ਸੁਣ, ਗੱਲ ਬਦਲੇ ਦੇ ਨਹੀਂ, ਜਿਹੜੇ ਕੰਮ ਚੰਨੀ ਕਰਦਾ ਸੀ ਨਾ, ਚੰਨੀ ਨੂੰ ਕਿਉਂ ਮਾਰਿਆਗਾ, ਪਿੰਡ ਦੀ ਬਰਬਾਦੀ ਕਰੀ ਜਾਂਦਾ ਸੀਗਾ, ਇਹੀ ਕੰਮ ਇਹ ਕਰੂਗਾ, ਇਹ ਕੋਈ ਉਹ ਤੋਂ ਘੱਟ ਨਹੀਂਗਾ, ਜੇ ਤੂੰ ਘੱਟ ਕਰੂਗਾ ਇਹ ਤਾਂ ਹੁਣ ਹੋਰ ਭੈਂਕਰ ਜੂਗਾ। ਨਹੀਂ ਨਹੀਂ ਇਹ ਤਾਂ ਐਵੇਂ ਕਹਿੰਦਾ ਸੀ, ਜਦੋਂ ਇਹਨੂੰ ਛੁਡਵਾਇਆ ਨਾ ਅਗਲੇ ਦਿਨ ਹੀ ਆਪਣੇ ਘਰੇ ਆ ਗਿਆ ਸੀ, ਪਤਾ ਨਹੀਂ ਉਸੇ ਦਿਨ ਹੀ ਮੇਰੇ ਤਾਂ ਦਿਮਾਗ 'ਚੋਂ ਵੀ ਨਿਕਲ ਗਈ ਗੱਲ, ਕਹਿੰਦਾ ਵੀ ਮੈਨੂੰ ਮਾਫ਼ ਕਰ ਦਿਓ, ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਪਿਸਤੌਲ 'ਚ ਗੋਲੀਆਂ ਨੇ, ਕਹਿੰਦਾ ਮੈਨੂੰ ਚੰਨੀ ਨੇ ਭਰ ਕੇ ਪਿਸਤੌਲ ਫੜਾਤੀ,
ਉਹਨੇ ਤਾਂ ਕਿਸੇ ਪਾਸੇ ਡਰੱਬਾ ਹੀ ਦੇਣਾ ਵੀ ਜੇ ਚਲਾ ਵੀ ਦੇਗਾ ਇਹ 'ਚ ਕਿਹੜਾ ਗੋਲੀਆਂ, ਉਹ ਤਾਂ ਐਵੇਂ ਹੀ ਕਹਿੰਦਾ ਸੀ। ਮੈਨੂੰ ਨਹੀਂ ਲੱਗਦਾ ਵਿਕਰ ਕੁਛ ਕਰੂਗਾ। ਨਹੀਂ ਨਹੀਂ, ਬਹੁਤ ਗਲਤ ਫਹਿਮੀ ਪਾਲੀ ਬੈਠੀ ਮਨ 'ਚ, ਉਹ ਤਾਂ ਬੰਦਾ ਭੈਂਕਰ ਹੈ ਫਿਰਦਾ, ਬਹੁਤ ਮੇਰੇ ਕੋਲ ਵੀ ਆ ਕੇ ਗਿਆ ਗਾ ਅਤੇ ਮੈਂ ਤਾਂ ਆ ਵੀ ਗਿਆ ਅਤੇ ਮੈਂ ਉਹਨੂੰ ਕਿਹਾ ਜੀ ਕਿਵੇਂ ਆਏ ਸੀ ਮੈਨੂੰ ਪਤਾ ਸੀਗਾ, ਉਹਨੂੰ ਜਿਹੜਾ ਆਹ ਬੋਟਾਂ ਜਦੋਂ ਪੈਣਗੀਆਂ ਦੇਖੀ ਜਾਓ ਅਤੇ ਉਨਾ ਚਿਰ ਸਮੇਂ 'ਚ ਹੀ ਉਹਨੂੰ ਸਮਾਤੀ। ਸਰਪੰਚੀ ਉਹਨੂੰ ਸਮਾਤੀ ਕੀ ਮਤਲਬ? ਉਹ ਜਿਹੜੀ ਸਰਪੰਚੀ ਮੇਰੇ ਕੋਲ ਸੀ ਨਾ, ਫਿਰ ਮੈਂ ਵਗ ਗਿਆ ਸੀਗਾ ਮੇਰੇ ਆਉਣ ਤੋਂ ਪਹਿਲਾਂ ਪਹਿਲਾਂ, ਉਹ MLA ਨੇ ਪਿੰਡ 'ਚ ਕਰਕੇ ਚਾਰ ਬੰਦੇ ਇਕੱਠੇ, ਸਰਪੰਚੀ ਉਹਨੂੰ ਸਮਾਤੀ ਵੀ ਹੁਣ ਉਨੇ ਚਿਰ ਉਹ ਕੰਮ ਕਰੂਗਾ, ਜਦੋਂ ਮੋਹਰੀ ਉਹਨੂੰ ਦੇਤੀ ਉਹਨਾਂ 'ਚ ਕੋਈ ਹੀ ਕਰੂਗਾ। ਆ ਜਦੋਂ ਹੁਣ ਵੋਟਾਂ ਪੈਣਗੀਆਂ, ਵੋਟਾਂ ਵੇਲੇ ਤਾਂ ਤੈਨੂੰ ਪਤਾ ਫਿਰ ਹੀ ਜਿੱਤੀ ਜਾਣਾ ਗਾ, ਕਿਉਂਕਿ ਹੁਣ MLA ਦਾ ਕਿਉਂ ਸਹਿਮ ਜਾਂਦਾ ਗਾ, ਜਿੱਤ ਤਾਂ ਇਹਨੇ ਸਿੱਧੇ ਜਾਣਾ ਗਾ। ਹੁਣ ਮੈਂ ਤਾਂ ਤੈਨੂੰ ਪਤਾ ਵੀ ਸਰਪੰਚ 'ਚ ਖੜਾ ਹੁੰਦਾ ਨਹੀਂ ਹਜੇ ਤੱਕ, ਕੀ ਮੈਂ ਤਾਂ ਦੂਜਾ ਪੰਗਾ ਹੀ ਲਊਗਾ, ਦੇਖੀ ਜਾਓ ਭਾਵੇਂ 'ਚ ਹਾਰਾਂ ਅਤੇ ਭਾਵੇਂ ਜਿੱਤਾਂ। ਫਿਰ ਆਪਾਂ ਐਂ ਕਰਦੇ ਹਾਂ, ਸਰਪੰਚੀ ਦੀਆਂ ਵੋਟਾਂ 'ਚ ਐਤਕੀ ਮੈਂ ਖੜੀ ਹੁੰਦੀ ਹਾਂ, ਤੁਸੀਂ ਜਿਹੜਾ ਪੰਗਾ ਲੈਣਾ ਉਹ ਲਓ। ਹਾਂ ਹਾਂ, ਤਾਂ ਮੈਂ ਗੱਲ ਸੋਚੀ ਨਹੀਂ, ਕਦੇ ਵੀ ਨਹੀਂ ਸੋਚੀ, ਜਿਹਦਾ ਦਿਮਾਗ 'ਚ ਹੁਣ ਗੱਲ ਆਈ ਹੈ। ਉਹੀ ਤਾਂ ਗੱਲ ਆ, ਜਦੋਂ ਜਿਹੜੇ ਬੰਦੇ 'ਚ ਚਾਰ ਸਾਹ ਨੇ ਜਿਹਨੂੰ ਇਲ ਤੋਂ ਕੁੱਕੜ ਨਹੀਂ ਪਤਾ ਉਹ ਸਰਪੰਚੀ ਸਾਂਭ ਸਕਦਾ, ਫਿਰ ਮੈਂ ਕਿਉਂ ਨਹੀਂ ਸਾਂਭ ਸਕਦੀ ਸਰਪੰਚੀ? ਸਰਪੰਚੀ ਦੀਆਂ ਵੋਟਾਂ 'ਚ ਤਾਂ ਮੈਂ ਹੀ ਖੜੀ ਹੋਊਂਗੀ। ਠੀਕ ਹੈ, ਸਮਝ ਗਿਆ ਤੇਰੀ ਗੱਲ, ਮੈਂ ਤਾਂ ਇਹ ਕਹਿੰਦਾ ਸੀਗਾ ਕੋਈ ਬੰਦਾ ਨਹੀਂ, ਪਰ ਵੋਟ ਤਾਂ ਲੋਕਾਂ ਨੇ ਮੇਰੇ ਮੂੰਹ ਨੂੰ ਪਾਉਣੀ ਹੈ ਨਾ, ਜਦੋਂ ਮੈਂ ਜਿਹੜੇ ਪਾਸੇ ਖੜ ਗਿਆ ਵੋਟ ਤਾਂ ਪਊਗੀ, ਵਿਕਰ ਨੂੰ ਆਪਾਂ ਉੱਥੇ ਹਰਾ ਸਕਦੇ ਹਾਂ। ਹਾਂਜੀ ਹਾਂ, ਕਿਉਂ ਨਹੀਂ ਹਰਾ ਸਕਦੇ? ਹਾਂ ਵੀ ਤੇਰੀ ਗੱਲ ਠੀਕ ਹੈ, ਮੈਂ ਹੁਣ ਸਮਝ ਗਿਆ ਤੇਰੀ ਗੱਲ, ਚੱਲ ਕੋਈ ਨਹੀਂ, ਤੂੰ ਇੱਥੇ ਸਰਪੰਚੀ ਦੀ ਚੋਣ ਲੜੀ ਅਤੇ ਮੈਂ ਲੜੂੰਗਾ ਤਾਂ ਹਾਰੇ, ਇੱਥੇ ਕੋਈ ਗੱਲ ਨਹੀਂ, ਜੇ ਕੰਮ ਨੂੰ ਵੋਟ ਪੈਂਦੀ ਹੋਈ ਆਪਾਂ ਕਦੇ ਵੀ ਨਹੀਂ ਹਾਰਦੇ, ਉਹ ਕੰਮ ਹੀ ਆਪਣੇ ਇੰਨੇ ਕੀਤੇ ਆ, ਕੋਈ ਰੁਪਈਆ ਕਿਸੇ ਦਾ ਖਾਧਾ ਨਹੀਂ ਗਾ। ਨਾਲੇ ਆਪਾਂ ਨੇ ਕਿਹੜਾ ਇੱਥੇ ਕਿਸੇ ਲੋਕਾਂ ਦਾ ਮਾੜਾ ਕਰਨਾ, ਆਪਣੇ ਕੋਲ ਹੈ ਹੀ ਕੀ ਆ? ਤੁਹਾਡਾ ਤਾਂ ਬਿਲਕੁਲ ਹੀ ਘਰ ਜਾੜਤਾ ਕੁੱਤਿਆਂ ਨੇ, ਅਤੇ ਮੇਰੇ ਕੋਲ ਭਰਾ ਵਾ, ਪ੍ਰਭ ਦੇ ਖਾਣ ਵਾਸਤੇ ਪਰਮਾਤਮਾ ਦੇਈ ਜਾਂਦਾ, ਆਪਾਂ ਤਾਂ ਲੋਕਾਂ ਦਾ ਭਲਾ ਹੀ ਕਰਨਾ। ਭਲਾ ਹੀ ਕਰਨਾ, ਇੱਥੇ ਕਿਹੜਾ ਕੁਛ ਨਾਲ ਲੈ ਜਾਣਾ ਗਾ, ਵੀ ਆਪਾਂ ਨਾਲ ਲੈ ਜਾਵਾਂਗੇ, ਸਾਰਾ ਕੁਛ ਇੱਥੇ ਰਹਿ ਜੂਗਾ, ਤਾਂ ਹੀ ਤਾਂ ਕਹਿੰਦੇ ਆ ਵੀ ਜਿਹੜਾ ਕੋਈ ਪਿੰਡ ਦਾ ਕੰਮ ਹੋ ਜੂਗਾ ਚੰਗਾ ਹੀ ਆ, ਜੇ ਚੰਗਾ ਕਰ ਜਾਵਾਂਗੇ ਚਾਰ ਭੈਣ ਭਾਈ ਚੰਗਾ ਕਹਿ ਦੇਣਗੇ ਕਰ ਗਿਆ, ਜੇ ਆਪਾਂ ਮਾੜਾ ਕਰਾਂਗੇ ਤਾਂ ਤੈਨੂੰ ਪਤੀ ਆ ਲੋਕ ਕਹਿਣਗੇ ਮਾੜਾ ਚੰਗਾ ਹੋਇਆ ਇਹ ਬੰਦੇ ਤੋਂ ਖਿਹੜਾ ਛੁੱਟਿਆ। ਸੱਚ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਅੰਕਲ, ਮੈਨੂੰ ਨਾ ਅਜੀਬ ਜਿਹਾ ਭੁਲੇਖਾ ਪੈਂਦਾ ਜਦੋਂ ਮੈਂ ਇੱਥੇ ਦੇਖਦੀ ਹਾਂ, ਕੁਛ ਵੀ ਨਹੀਂ ਹੁੰਦਾ। ਜੀ ਕਿਵੇਂ ਭੁਲੇਖਾ ਪੈਂਦਾ? ਹਾਂ। ਉਹ ਕਿਵੇਂ? ਪਤਾ ਨਹੀਂ, ਮੈਨੂੰ ਤਾਂ ਡਰ ਬਹੁਤ ਲੱਗਦਾ, ਪਹਿਲਾਂ ਕਦੇ ਵੀ ਐਵੇਂ ਨਹੀਂ ਹੋਇਆ ਸੀ, ਜਦੋਂ ਚੰਨੀ ਮਰਿਆ ਨਾ ਉਹਦਾ ਬਹੁਤ ਜ਼ਿਆਦਾ ਡਰ ਲੱਗਦਾ, ਪਤਾ ਨਹੀਂ ਮੈਨੂੰ ਕਦੇ ਕਦੇ ਜਿਵੇਂ ਤੁਹਾਨੂੰ ਦੱਸੂਗੀ ਤੁਹਾਨੂੰ ਵੀ ਹਾਸੀ ਆਊਗੀ, ਮੈਨੂੰ ਤਾਂ ਐਂ ਲੱਗਦਾ ਵੀ ਇੱਥੇ ਚੰਨੀ ਤਾਂ ਨਹੀਂ ਫਿਰੀ ਜਾਂਦਾ। ਚੱਲ ਮੈਂ ਤੈਨੂੰ ਐਂ ਕਹਿਣਾ ਗਾ ਵੀ ਤੂੰ ਇੱਥੇ ਇਕੱਲੀ ਰਹਿੰਦੀ ਆ, ਇਕੱਲੇ ਬੰਦੇ ਨੂੰ ਡਰ ਹੀ ਲੱਗੂਗਾ, ਉੱਧਰ ਮੈਂ ਇਕੱਲਾ ਰਹਿੰਦਾ, ਮੈਂ ਤਾਂ ਐਂ ਕਹਿਣਾ ਤੈਨੂੰ ਤੂੰ ਨਜ਼ਰ ਮੇਰੇ ਕੋਲ ਰਹਿ ਪਾ। ਐਵੇਂ ਚੰਗਾ ਨਹੀਂ ਲੱਗਦਾ, ਤੁਹਾਨੂੰ ਪਤਾ ਆਪਾਂ ਨੂੰ ਪਤਾ ਵੀ ਆਪਣਾ ਪਿਓਤੀ ਦਾ ਰਿਸ਼ਤਾ, ਪਰ ਲੋਕਾਂ ਨੂੰ ਨਹੀਂ ਪਤਾ ਇਹ ਚੀਜ਼ ਦਾ, ਲੋਕ ਪਤਾ ਨਹੀਂ ਕੀ ਫੰਗਾਂ ਦੀਆਂ ਡਾਰਾਂ ਬਣਾ ਦੇਣਗੇ। ਓਹੋ, ਉਹ ਲੋਕਾਂ ਨੂੰ ਕਹਿਣਾ, ਲੋਕ ਤਾਂ ਹੁਣ ਵੀ ਬਣਾਉਂਦੇ ਹੋਣਗੇ ਵੀ ਸਰਪੰਚ ਉਹਦੇ ਕੋਲ ਜਾਂਦਾ, ਲੋਕਾਂ ਨੂੰ ਕਹਿਣਾ ਤੈਨੂੰ ਪਤਾ ਗਾ ਚਾਹੇ ਮੈਨੂੰ ਪਤਾ, ਬਸ ਠੀਕ ਹੈ ਇਹਦੇ 'ਚ ਕੀ ਕਿੱਡੀ ਗੱਲ ਆ ਗਈ। ਲੋਕਾਂ ਨੂੰ ਕਹਿਣਾ ਜਿਹੜਾ ਕੁਛ ਬਣਾਉਂਦਾ ਬਣਾਈ ਜਾਣ ਦੇ, ਜਿਹਨੂੰ ਸਿਆਣਾ ਬੰਦਾ ਉਹ ਤਾਂ ਇਹ ਗੱਲ ਕਹਿੰਦਾ ਨਹੀਂ ਗਾ ਭਾਈ, ਜਿਹਦੇ ਦਿਮਾਗ 'ਚ ਕੂੜਾ ਭਰਿਆ ਹੋਇਆ ਉਹ ਭਾਵੇਂ ਮੇਰੇ ਕੋਲ ਰਹਿ ਪਾ ਭਾਵੇਂ ਇੱਥੇ ਰਹਿ ਪਾ, ਉਹਨੇ ਤਾਂ ਗੱਲ ਕਹੀ ਦੇਣੀ ਆ। ਇਹ ਤਾਂ ਹੈਗਾ, ਚਲੋ ਜੇ ਤੁਹਾਨੂੰ ਸਹੀ ਲੱਗਦਾ
ਫਿਰ ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਹੈਗਾ। ਸੱਚ ਦੱਸਾਂ ਨਾ, ਮੈਨੂੰ ਤਾਂ ਕੰਧਾਂ ਤੋਂ ਵੀ ਡਰ ਲੱਗਣ ਲੱਗ ਗਿਆ। ਇੰਨਾ ਡਰ ਲੱਗਦਾ, ਕਦੇ ਵੀ ਐਵੇਂ ਹੋਇਆ ਹੀ ਨਹੀਂ ਸੀਗਾ। ਚੱਲ ਤੂੰ ਸਾਰੀਆਂ ਗੱਲਾਂ ਛੱਡ, ਤੂੰ ਐਂ ਕਰ, ਤੂੰ ਮੇਰੇ ਨਾਲ ਚੱਲ, ਜਿਹਨੂੰ ਕੁਛ ਕਹਿੰਦਾ ਕਹੀ ਜਾਣ ਦੇ, ਲੋਕਾਂ ਤੋਂ ਪਰਵਾਹ ਨਾ ਕਰ। ਨਹੀਂ ਨਹੀਂ ਅੰਕਲ, ਲੋਕਾਂ ਦੀ ਪਰਵਾਹ ਤਾਂ ਮੈਨੂੰ ਵੀ ਨਹੀਂ ਹੈਗੀ। ਮੈਨੂੰ ਪਤਾ ਨਾ ਮੈਂ ਸਹੀ ਹਾਂ, ਲੋਕਾਂ ਦਾ ਕੀ ਆ, ਤਾਂ ਕੁੱਤੇ ਨੇ, ਆਈ ਭੌਂਕੀ ਜਾਣਗੇ। ਲੋਕ ਤਾਂ ਰੱਬ ਨੂੰ ਵੀ ਚੰਗਾ ਨਹੀਂ ਕਹਿੰਦੇ। ਮੈਨੂੰ ਪਤਾ ਨਾ ਤੁਸੀਂ ਮੇਰੇ ਵਾਸਤੇ ਕਿੰਨਾ ਕੁਛ ਕੀਤਾ। ਚਲੋ ਆਪਾਂ ਚੱਲਦੇ ਹਾਂ। ਚੱਲ ਫਿਰ ਮੇਰੇ ਨਾਲ ਹੀ ਚੱਲ। ਆ ਜਾ, ਇਹਦਾ ਨਾ ਬਹਿ ਜਾ। ਲੈ, ਲੋਕਾਂ ਨੇ ਤਾਂ ਮੰਨਿਆ ਗਾ ਬਿੱਕੂ ਨੂੰ ਸਰਪੰਚ, ਅੱਜ ਤੋਂ ਮੈਂ ਤੈਨੂੰ ਸਰਪੰਚ ਨਹੀਂ ਮੰਨਦਾ। ਮੈਂ ਤਾਂ ਸਮਝਿਆ ਤੈਨੂੰ ਸਰਪੰਚ ਨਹੀਂ ਬਣਾਉਂਦਾ ਪਿੰਡ ਦੀ। ਆਹ ਲੈ ਲਾ, ਜਿੰਨਾ ਵੀ ਹਿਸਾਬ ਕਿਤਾਬ ਆ ਸਾਰਾ ਪੂਰਾ ਕਰਕੇ, ਜਿੱਥੇ ਕੋਈ ਪੈਸਾ ਲੱਗਿਆ ਇਹਦੀ ਲਿਸਟ ਬਣਾ ਦੇ, ਅਤੇ ਕੇਰਾ ਆਪਾਂ ਨਾ ਬੈਰੀ ਦੇ ਹੱਥ 'ਚ ਫੜਾ ਦਿਆਂਗੇ। ਕਿਉਂਕਿ ਹੁਣ ਪਿੰਡ ਵਾਲਿਆਂ ਨੇ ਉਹਨੂੰ ਸਰਪੰਚੀ ਦੇਤੀ ਨਾ, ਕੇਰਾ ਤਾਂ ਆਪਾਂ ਹਿਸਾਬ ਕਿਤਾਬ ਕਰਕੇ ਉਹਨੂੰ ਦੇਣਾਗਾ। ਇੱਥੇ ਜਿਹੜੀ ਚੀਜ਼ ਪੁੱਛਣ ਵਾਲੀ ਸੀ ਮੇਥੋਂ ਪੁੱਛ ਲਈ, ਕੇਰਾ ਆਪਾਂ ਉਹਨੂੰ ਸਮਝਾਉਂਦੇ ਹਾਂ, ਬਾਅਦ 'ਚ ਆਪਾਂ ਦੇਖਦੇ ਹਾਂ ਅੱਗੇ ਅੱਗੇ ਫਿਰ ਕੀ ਹੁੰਦਾ ਗਾ। ਇੱਕ ਗੱਲ ਜ਼ਰੂਰ ਆ, ਮੈਂ ਹੁਣ ਪਿੰਡ ਦੇ ਚਾਰ ਬੰਦਿਆਂ ਨੂੰ ਕਹਿ ਦਿੰਦਾ, ਮੈਂ ਵੀ ਐਲਾਨ ਕਰ ਦਿੰਦਾ, ਉਹਨੂੰ ਵੀ ਪਤਾ ਲੱਗੇ ਭਾਈ ਸਰਪੰਚੀ 'ਚ ਤੂੰ ਖੜੀ ਹੋਊਗੀ ਤੇ। ਠੀਕ ਆ, ਕੋਈ ਗੱਲ ਨਹੀਂ, ਆਪਾਂ ਪੰਗਾ ਲੈਣਾ ਹੀ ਲੈਣਾ, ਦੇਖੀ ਜਾਓ ਜਿਹੜਾ ਕੁਛ ਹੋਊਗਾ। ਜਿਹੜਾ ਕੁਛ ਖਰਾਬ ਹੋਣਾ ਇਹ ਆਪਣਾ ਪਹਿਲਾਂ ਹੋ ਚੁੱਕਿਆ, ਹੁਣ ਆਪਣਾ ਹੋਰ ਕੀ ਖਰਾਬ ਹੋਊਗਾ। ਕੋਈ ਗੱਲ ਨਹੀਂ, ਮੇਰੇ ਤਾਂ ਖੜਾ ਅੱਗੇ ਪਿੱਛੇ ਕੋਈ ਕੋਈ ਗੱਲ ਨਹੀਂ, ਕਰਵਾ ਨੂੰ ਵੀ ਕਰਨੀ ਪਿੰਡ ਖਾਤਰ, ਤੇ ਕਰਵਾ ਨੂੰ ਵੀ ਕਰਾਂਗੇ। ਬਸ ਆਹ ਸਾਰਾ ਹਿਸਾਬ ਕਿਤਾਬ ਹੁਣ ਤੂੰ ਦੇਖਣਾ। ਇਹ ਤੁਸੀਂ ਟੈਨਸ਼ਨ ਨਾ ਲਓ, ਬਸ ਤੁਸੀਂ ਇੱਕ ਵਾਰੀ ਨਾ ਬਿੱਕਰ ਦੇ ਬਰਾਬਰ ਖੜਾ ਕਰੋ ਮੈਨੂੰ। ਬਸ ਉਹ ਤਾਂ ਹੋ ਗਿਆ ਕੰਮ, ਕੋਈ ਗੱਲ ਨਹੀਂ। ਚਲ ਐਂ ਕਰੋ, ਤੁਸੀਂ ਬੈਠੋ, ਤੁਸੀਂ ਵੀ ਹੁਣੇ ਆਏ ਹੋ, ਮੈਂ ਚਾਹ ਬਣਾ ਕੇ ਲਿਆਉਣੀ ਤੁਹਾਡੇ ਵਾਸਤੇ। ਜੇ ਰੋਟੀ ਖਾਣੀ ਹੈ ਰੋਟੀ ਲਿਆ ਦਿੰਦੀ ਹਾਂ। ਨਾ ਮੈਨੂੰ ਕਾਹਦੇ ਦੀ ਲੋੜ ਨਹੀਂ, ਨਾ ਰੋਟੀ ਦੀ ਚਾਹ ਦੀ। ਚਲ ਮੈਂ ਚਾਹ ਲੈ ਕੇ। ਦਿਮਾਗ ਆ ਨਾ ਕਿੱਧਰ ਘੁੰਮਿਆ ਫਿਰਦਾ ਨਾ, ਇੱਧਰ ਪੂਰਾ ਕਰਨਾ, ਇਹਦਾ ਦਿਮਾਗ 'ਚ ਕਿਉਂ ਨਹੀਂ ਪਹਿਲਾਂ ਗੱਲ ਆਈ ਹੈ, ਕਿੱਥੇ ਮੈਂ ਮਾਰ ਖਾ ਗਿਆ, ਇਹਦੇ ਦਿਮਾਗ 'ਚ ਕਿਵੇਂ ਗੱਲ ਆ ਗਈ ਮੈਂ ਸਰਪੰਚ ਨਹੀਂ ਬਣਾ, ਮੇਰੇ 'ਚ ਕਿਉਂ ਨਹੀਂ ਆਈ, ਕਿੱਡਾ ਮੈਂ ਗਲਤ ਕੰਮ ਕਰ ਰਿਹਾ ਸੀ, ਮਤਲਬ ਬਿੱਕ ਨੂੰ ਸਰਪੰਚ ਬਣਾ ਰਿਹਾ ਸੀ। ਜੇ ਸਰਪੰਚ ਨਹੀਂ ਬਣ ਗਈ ਸਿੱਧੇ ਜਿੱਤੂਗੀ ਹਲਦੀ ਤਾਂ ਇਹ ਨਹੀਂ, ਅਤੇ ਜਿਹੜੇ ਪਾਸੇ ਮੈਂ ਖੜ ਗਿਆ ਵੋਟ ਤਾਂ ਸਾਰੀ ਫਿਰ ਉੱਧਰ ਹੀ ਜਾਊਗੀ। ਕੋਈ ਗੱਲ ਨਹੀਂ, ਹੁਣ ਹੋ ਗਈ ਟੱਕਰ। ਹਾਂਜੀ ਹਾਂਜੀ, ਨਹੀਂ ਨਹੀਂ ਦੇਖੋ ਰੋੜਾ ਸਾਹਿਬ ਮੈਂ ਦੇਖ ਤਾਂ ਰਹੀ ਹੈਗੀ, ਨਹੀਂ ਇਹ ਜੀ ਤਾਂ ਕੋਈ ਗੱਲ ਨਹੀਂ ਇਹ ਨਹੀਂ। ਹਾਂਜੀ ਚਲੋ ਐਂ ਕਰੋ, ਮੈਂ ਤੁਹਾਡੇ ਨਾਲ ਬਾਅਦ 'ਚ ਗੱਲ ਕਰਦੀ ਹਾਂ, ਠੀਕ ਹੈ। ਹਾਂਜੀ ਰੁਕੋ ਤੁਸੀਂ 10 ਮਿੰਟ, ਠੀਕ ਹੈ ਜੀ। ਹਾਂਜੀ ਵਿਕਰ ਸਿੰਘ ਜੀ। ਹਾਂ ਠੀਕ ਹੈ ਜੀ, ਮੈਂ ਤਾਂ ਕਦੋਂ ਡਿੱਕੀ ਜਾਂਦਾ ਸੀ ਵੀ ਜੇ ਫੋਨ ਨੂੰ ਧਰੋ ਤਾਂ ਫਿਰ ਮੈਂ ਗੱਲ ਕਰਾਂ ਜੀ। ਉਹ ਤਾਂ ਗੱਲ ਤੁਹਾਡੀ ਠੀਕ ਹੈ ਜੀ, ਹੁਣ ਫਿਰ 100 ਕੰਮ ਹੁੰਦੇ ਨੇ, ਸਾਰਾ ਕੁਛ ਹੀ ਦੇਖਣਾ ਪੈਂਦਾ। ਠੀਕ ਹੈ ਜੀ, ਠੀਕ ਹੈ ਜੀ। ਮੰਤਰੀ ਸਾਹਿਬ, ਹਾਂਜੀ ਮੈਂ ਹੁਣ ਹੋਰ ਤੁਹਾਨੂੰ ਗੱਲ ਦੱਸਣ ਆਇਆ, ਮੇਰੀ ਹਿੱਕ ਉਹਦੀ ਦੀਵਾ ਬਣਨ ਲੱਗ ਗਿਆ ਤੇ ਸੱਪ ਮਿਲਣ ਲੱਗ ਗਿਆ, ਜਾਣੀ ਹਿੱਕ ਤੇ ਮੇਰੀ ਤੇ। ਤੁਸੀਂ ਕੋਸ਼ਿਸ਼ ਕਰੋ ਮੇਰੀ ਗੱਲ ਨੂੰ ਸਮਝਣ ਦੀ, ਮੈਂ ਕੀ ਕਹਿਣਾ ਚਾਹੁੰਦਾ ਵੀ ਚਰਨੇ ਨੇ ਨਾ ਰੀਤ ਨੂੰ ਮੇਰੇ ਬਰਾਬਰ ਸਰਪੰਚੀ 'ਚ ਖੜੀ ਕਰਨ ਨੂੰ ਫਿਰਦਾ, ਖੜੀ ਕਰਨ ਨੂੰ ਨਹੀਂ ਫਿਰਦਾ, ਖੜੀ ਕਰਤੀ, ਤੇ ਜੇ ਉਹ ਸਰਪੰਚ ਨਹੀਂ ਜਿੱਤ ਗਈ ਤੇ ਫਿਰ ਮੇਰਾ ਕੀ ਰਹੂਗਾ ਛੇ। ਹੋ ਕੋਈ ਗੱਲ ਨਹੀਂ ਵਿਕਰ ਸਿਆਂ, ਆਪਾਂ ਨੂੰ ਪਤਾ ਹੈ ਵੀ ਅੱਜ ਕੱਲ ਸਾਰਾ ਨੋਟਾਂ ਦੀ ਕੰਮ ਚੱਲਦਾ, ਆਪਾਂ ਨੂੰ ਕੌਣ ਹਰਾ ਦੂਗਾ। ਕਹਿੰਦੇ ਨਹੀਂ ਹੁੰਦੇ ਜਿੱਥੇ ਨੋਟ ਉੱਥੇ ਵੋਟ। ਹਾਂਜੀ ਇਹ ਗੱਲ ਤਾਂ ਖੈਰ ਤੁਹਾਡਾ ਤਜਰਬਾ ਜੀ, ਤੁਸੀਂ ਤਾਂ ਵਾਲੇ ਹੰਡੇ ਹੋਏ ਹੋ ਤਾਂ ਹੀ ਮੰਤਰੀ ਬਣੇ ਹੋ, ਨਹੀਂ ਐਵੇਂ ਕਿੱਥੇ ਇਹ ਸੀਟ ਤੇ ਜਾਇਆ ਜਾਂਦਾ। ਬਸ ਇਹੀ ਸੀ ਵੀ ਜੇ ਰੀਤ ਖੜੀ ਹੋ ਗਈ ਕਿਤੇ ਮੈਨੂੰ ਨੁਕਸਾਨ ਨਾ ਪਹੁੰਚੇ, ਤੇ ਤੁਸੀਂ ਨਾ ਮੇਰੇ ਕਹਿਣ ਨਾਲ ਫਿਰ ਵੀ ਚਰਨੇ ਨੂੰ ਕਹਿ ਦਿਓ ਵੀ ਉਹਨੂੰ ਸਰਪੰਚੀ ਤੋਂ ਬਿਠਾ ਦੇ,
ਕਿਉਂ ਫਿਰ ਮੇਰਾ ਫਰਕ ਨਹੀਂ ਪੈਣਾ ਜੀ, ਵੋਟਾਂ ਜਿਹੜੀਆਂ ਉਹ ਭੰਨੂਗੀ ਤਾਂ ਭੰਨੂਗੀ। ਉਹ ਕੋਈ ਗੱਲ ਨਹੀਂ ਵਿਕਰ ਸਿੰਘ, ਤੂੰ ਟੈਨਸ਼ਨ ਕਾਹਦੀ ਲੈਂਦਾ, ਆਪਣਾ 2 ਲੱਖ ਹੋਰ ਵੱਧ ਲੱਗ ਜੂ। ਮੰਤਰੀ ਸਾਹਿਬ ਜੀ, ਮੈਨੂੰ ਤਾਂ ਇਹ ਡਰ ਲੱਗਦਾ ਵੀ ਇਹ ਰੀਤ ਨਾ ਕਬੂਤਰੀ ਵਾਲੀਆਂ ਡਾਰੀਆਂ ਮਾਰ ਲੱਗ ਗਈ, ਕਿਤੇ ਡਾਰੀਆਂ ਮਾਰਦੀ ਮਾਰਦੀ ਬਾਜਗ ਵੀ ਨਾ ਜਿੱਤ ਜੇ। ਹੋ ਕੋਈ ਗੱਲ ਨਹੀਂ ਵਿਕਰ ਸਿੰਘ, ਆਪਾਂ ਨੂੰ ਵੀ ਕਬੂਤਰੀ ਦੇ ਫਰ ਕੱਟਣੇ ਆਉਂਦੇ ਨੇ, ਨਾਲੇ ਤੈਨੂੰ ਪਤਾ ਹੈ ਵੀ ਜਦੋਂ ਫਰ ਕੱਟੇ ਜਾਣ ਜਾਨਵਰ ਦੇ, ਪਰ ਘਰ ਦੇ ਕੰਧਾਂ ਕੋਲੇ ਚ ਹੀ ਵੱਜਦਾ ਰਹਿੰਦਾ, ਉਹ ਡਾਰੀ ਨਹੀਂ ਉਹ ਤਾਂ ਫਰੀ ਜਾਂਦੀ। ਮੰਤਰੀ ਸਾਹਿਬ, ਆਹ ਹੋ ਗਈ ਨਾ ਗੱਲ, ਹੁਣ ਮੈਨੂੰ ਹੌਸਲਾ ਹੋ ਗਿਆ ਜੀ, ਆਹ ਕੀਤੀ ਤੁਸੀਂ ਜਿਹੜੀ ਗੱਲ ਕਰਨ ਵਾਲੀ ਸੀ। ਉਹ ਕੋਈ ਗੱਲ ਨਹੀਂ ਵਿਕਰ ਸਿੰਘ, ਲੱਲੀ ਛੱਲੀ ਦੀ ਪਰਵਾਹ ਨਹੀਂ ਕਰੀਦੀ। ਹਾਂ ਹੁਣ ਤਾਂ ਜੀ ਮੰਤਰੀ ਸਾਹਿਬ ਮੈਨੂੰ ਐਂ ਹੋ ਗਿਆ ਬਸ ਵੀ ਹੌਸਲੇ ਬੁਲੰਦ ਹੋ ਗਏ, ਪਤਾ ਨਹੀਂ ਕੀ ਕੁਛ ਮਿਲ ਗਿਆ। ਬਸ ਠੀਕ ਹੈ ਜੀ, ਇਸੇ ਚੜ੍ਹਦੀ ਕਲਾ ਚ ਹੀ ਰਹਾਂਗੇ ਹੁਣ ਆਪਾਂ। ਬਸ ਠੀਕ ਹੈ ਵਿਕਰ ਸਿੰਘ, ਠੀਕ ਹੈ ਜੀ, ਧੰਨਵਾਦ ਜੀ ਤੁਹਾਡਾ। ਰੀਤ ਰੀਤ ਨੂੰ ਮੈਂ ਕਿਤੇ ਜਿੱਤਣ ਦਿੰਦੀ ਹਾਂ, ਪਾਣੀ ਵਾਂਗੂ ਪੈਸਾ ਵਹਾ ਦੂੰ। ਵਿਕਰਾ ਸਰਪੰਚੀ ਤਾਂ ਤੇਰੀ ਓ ਪੱਕੀ ਆ। ਉਧਰ ਨੂੰ ਹੋ ਜਾ ਥੋੜਾ, ਮੈਨੂੰ ਵੀ ਸਿਖਾ ਦੇ ਕੰਮ। ਉਹ ਕੰਮ ਇਹ ਕਿੰਨਾ ਔਖਾ ਹੁੰਦਾ। ਫਿਰ ਵੀ ਜਿਹੜਾ ਕੰਮ ਆਪਾਂ ਨਹੀਂ ਕੀਤਾ ਹੁੰਦਾ ਨਾ, ਉਹ ਸਿੱਖਣ ਦੀ ਤਾਂ ਜ਼ਰੂਰਤ ਹੈਗੀ ਆ। ਐਵੇਂ ਜੇ ਕੋਈ ਪੁੱਠੀ ਸਿੱਧੀ ਫਾਈਲ ਤਿਆਰ ਕਰਤੀ ਫਿਰ ਔਖਾ ਹੋ ਜਾਣਾ। ਆਪਾਂ ਪੁੱਠੀ ਸਿੱਧੀ ਨਹੀਂ ਕਰਨੀ ਨਾ, ਜਿਹੜੀ ਕਰਨੀ ਆ ਆਪਾਂ ਉਹੀ ਵਧੀਆ ਕਰਨੀ ਆ। ਚਰਨਾ ਸਿੰਘ ਜੀ ਆਓ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿਵੇਂ ਆਉਣਾ ਹੋਇਆ? ਆਉਣਾ ਹੋਇਆ ਵੀ ਦੱਸਾਂਗੇ ਜੀ, ਕੋਈ ਕੰਮ ਆਇਆ ਸੀਗਾ ਮੈਂ ਤੁਹਾਡੇ ਕੋਲੇ। ਦੱਸੋ, ਚਾਹ ਪਾਣੀ ਸੀ ਆਪਾਂ ਦੱਸੋ। ਬਸ ਠੀਕ ਹੈ, ਮੈਨੂੰ ਨਹੀਂ ਸੀ ਪਤਾ ਵੀ ਇੱਥੇ ਰੀਤ ਆਈ ਹੋਈ ਹੈ, ਚੱਲ ਮੈਂ ਠਹਿਰ ਕੇ ਆ ਜਾਂਦਾ। ਕੋਈ ਗੱਲ ਨਹੀਂ, ਰੀਤ ਦਾ ਕਿਹੜਾ ਕੋਈ ਉਹ ਆ, ਇਹ ਤਾਂ ਸਰਪੰਚ ਜੀ ਖੜਾ ਕਰਿਆ ਨਾ, ਕਾਗਜ਼ ਪੱਤਰ ਮੂਹਰੇ ਨੂੰ ਕੰਮ ਸਿਖਾ ਰਿਹਾ ਭਾਈ, ਆਇਆ ਹੁੰਦਾ ਗਾ। ਅੱਛਾ, ਜੇ ਕੁਛ ਜਾਣਦੀ ਹੋਊ ਮੂਹਰੇ ਫਿਰ ਹੀ ਕੰਮ ਕਰੂ ਨਾ। ਮੁਕਾਬਲਾ ਕੋਈ ਮਾੜੀ ਮੋਟੀ ਗੱਲ ਤਾਂ ਹੁੰਦੀ ਨਹੀਂ ਵੀ ਆਈ ਮੁਕਾਬਲਾ ਹੁੰਦਾ, ਮੁਕਾਬਲਾ ਵੀ ਗਾਹਾਂ ਤੈਨੂੰ ਪਤਾ ਕਿਹਦੇ ਨਾਲ ਆ, ਵਿਕਰ ਨਾਲ। ਇਹੀ ਗੱਲ ਕਹਿਣ ਆਇਆ ਸੀ ਚਰਨਾ ਸਿਆ। ਹਾਂ ਵੀ ਰੀਤ ਨੂੰ ਜਿਹੋ ਜਿਹੀ ਹੈਗੀ ਆ ਨਾ, ਉੱਥੇ ਹੀ ਰਹਿਣ ਦੇ, ਤੂੰ ਮੇਰੇ ਬਰਾਬਰ ਤੇ ਮੁਕਾਬਲੇ 'ਚ ਖੜੀ ਨਾ ਕਰ ਇਹਨੂੰ, ਤੈਨੂੰ ਪਤਾ ਕਿੱਥੇ ਤੱਕ ਮੇਰਾ ਜ਼ੋਰ ਹੈ, ਤੇ ਨਾਲੇ ਇਹਨੂੰ ਮੈਂ ਕੀ ਲਈ ਬੈਠਾ। ਮੈਂ ਤੈਨੂੰ ਕਹਿੰਦਾ ਵੀ ਇੱਜ਼ਤ ਨਾਲ ਇਹਨੂੰ ਇੱਥੇ ਬਹਾ ਦੇ। ਓਹੋ, ਜੇ ਤੈਨੂੰ ਇੰਨੇ ਹੀ ਆ ਫਿਰ ਤੈਨੂੰ ਆਉਣ ਦੀ ਲੋੜ ਹੀ ਨਹੀਂ ਸੀ, ਨਾਲੇ ਤਾਂ ਤੂੰ ਕਹੀ ਜਾਣਾ ਇਹਨੂੰ ਬਹਾ ਦੇ। ਬਹਾਉਂਦੇ ਤਾਂ ਉਹ ਹੁੰਦੇ ਆ ਜਦੋਂ ਕਿਸੇ ਮੂਹਰਲੇ ਬੰਦੇ ਤੋਂ ਖਤਰਾ ਹੋਵੇ, ਮੈਨੂੰ ਲੱਗਦਾ ਤੈਨੂੰ ਇਹ ਤੋਂ ਹੁਣ ਡਰ ਜਾ ਹੋਇਆ ਪਿਆਗਾ। ਡਰ ਤਾਂ ਹੈਗੀ ਅੰਕਲ, ਡਰੇ ਕਿਵੇਂ ਨਾ, ਨਾਲੇ ਜਦੋਂ ਇੱਕ ਅਨਪੜ੍ਹ ਬੰਦਾ ਸਰਪੰਚ ਬਣ ਸਕਦਾ, ਆਪਾਂ ਤਾਂ ਫਿਰ ਵੀ ਕਿੰਨਾ ਪੜ੍ਹੇ ਲਿਖੇ ਆ। ਉਹ ਪੜ੍ਹਿਆ ਲਿਖਿਆ ਪਿੱਛੇ ਰਲ ਜਾਂਦੀਆਂ ਨੇ, ਜਿੱਥੇ ਲੋਕਾਂ ਨੇ ਕੰਮ ਕਰਨਾ ਨਾ ਤੇ ਨਾਲੇ ਵਿਕਰ ਸਿੰਘ ਨੇ ਖੜ ਕੇ ਗੱਲ ਕਰਨੀ ਹੈ, ਉਹ ਤੂੰ ਕੀ ਗੱਲ ਕਰ ਲੇਂਗੀ ਉੱਥੇ। ਉੱਥੇ ਪਤਾ ਹੀ ਹੈ ਵਿਕਰਾ, ਅਜੇ ਕਿਤੇ ਮੈਂ ਅੰਕਲ ਨੂੰ ਬਾਹਰ ਨਾਲ ਜੇਲ ਚ ਕਢਾਉਣਾ ਹੁੰਦਾ ਨਾ, ਤੈਨੂੰ ਤਾਂ ਉੱਥੇ ਮੁੱਦਾ ਬਾਬਾ ਗੁੱਟ ਦੇ, ਤੂੰ ਰਹਿ ਨਹੀਂ ਦੇ ਟਕਿਆ ਰਹਿ। ਮਾੜਾ ਜਿਹਾ ਮੂੰਹ ਸੰਭਾਲ ਕੇ ਗੱਲ ਕਰ, ਮੁੱਦਾ ਮੈਨੂੰ ਕਿਹੜਾ ਮੁੱਦਾ ਪਾ ਦੂ, ਤੂੰ ਹੁਣ ਸਰਪੰਚੀ ਚ ਲੜਨਾ ਕਿ ਤੂੰ ਮੇਰੇ ਨਾਲ ਜਵਾਨ ਨਾਲ ਲੜਨਾ। ਤੂੰ ਗੱਲ ਸੁਣ ਮੇਰੀ ਵਿਕਰਾ, ਇੱਥੇ ਕਿਹੜਾ ਕੋਈ ਲੜਾਈ ਵਾਲੀ ਗੱਲ ਆ, ਜਦੋਂ ਕਬੂਤਰ ਕਬੂਤਰੀ ਬਾਜੀ ਤੇ ਛੱਡਦੇ ਆ ਨਾ, ਕਈ ਵਾਰੀ ਕਬੂਤਰ ਨੂੰ ਕਬੂਤਰੀ ਛੱਡ ਜਾਂਦੇ ਆ, ਉਹੀ ਗੱਲ ਆ। ਤੂੰ ਇਹਨੂੰ ਕਬੂਤਰੀ ਸਮਝ ਕੇ ਨਾ ਬਹਿ ਜੀ ਵੀ ਮੈਂ ਫਰ ਕੱਟ ਦੂੰਗਾ, ਕਈ ਵਾਰੀ ਨਾ ਫਰ ਕੱਟੇ ਵਾਲੇ ਕਬੂਤਰੀ ਵੀ ਉੱਡ ਜਾਂਦੀ ਹੁੰਦੀ ਆ। ਠੀਕ ਹੈ, ਇਹ ਤੂੰ ਮਨ ਖਿਆਲ ਕੱਢ ਦੇ ਫਿਰ ਸਰ। ਅੰਕਲ ਤੁਸੀਂ ਕਬੂਤਰੀ ਨਾ ਸਮਝੋ, ਮੈਂ ਤਾਂ ਸ਼ੇਰ ਨਹੀਂ ਆ। ਉਹ ਮੈਂ ਇਹਨੂੰ ਕਹਿਦਾ ਪਹਿਲੇ ਤਾਂ ਡਰਦੀ ਨਹੀਂ ਹੈਗੀ, ਇਹਦੇ ਮਨ 'ਚ ਇਹੀ ਹੈ ਨਾ। ਰੀਤਾ ਤੂੰ ਆਪਣੇ ਆਪ ਨੂੰ ਸ਼ੇਰ ਨਹੀਂ ਬਣਨੀ ਹੈ, ਪਰ ਸਾਡੀਆਂ ਨਜ਼ਰਾਂ 'ਚ ਤਾਂ ਕਬੂਤਰੀ ਹੋਈ ਹੈ। ਕੋਈ ਗੱਲ ਨਹੀਂ ਵਿਕਰ, ਫਿਰ ਦੇਖ ਲਾਂਗੇ। ਦੇਖਾਂਗੇ, ਪਰ ਮੈਂ ਤਾਂ ਇਹੀ ਕਹਿੰਦਾ ਸੀ ਵੀ ਨਾਲੇ ਤੇਰੀ ਇੱਜ਼ਤ ਰਹਿ ਜੂ
ਤੇ ਨਾਲੇ ਆਪਾਂ ਨੀ ਵਾਧਾ ਘਾਟਾ ਕਰਾਂਗੇ। ਚੁੱਪ ਕਰਕੇ ਕਾਗਜ਼ ਵਾਪਸ ਮੜਵਾ ਲਾ। ਪਿੰਡ ਵਾਲਿਆਂ ਨੇ ਦੇਖਣਾ ਵੀ ਕਿਹਦੀ ਇੱਜ਼ਤ ਰੱਖਣੀ ਆ, ਕੀ ਪਤਾ ਕਿਹਨੂੰ ਜਿਤਾ ਦੇਣ। ਮਾੜਾ ਮੋਟਾ ਹੌਂਸਲਾ ਰੱਖ, ਡਰਨਾ, ਜਿਹਦੀ ਕਿਸਮਤ ਚ ਹੋਈ ਸਰਪੰਚੀ ਆਪੇ ਜਿੱਤ ਜੋ। ਡਰਨਾ? ਮੈਂ ਤੈਥੋਂ ਡਰਦਾ? ਮੈਂ ਨੀ ਡਰਦਾ, ਇਹ ਤਾਂ ਆਪਣੀਆਂ ਚੋਣਾਂ ਦੱਸਣਗੀਆਂ ਵੀ ਕੀ ਬਣਦਾ। ਪਰ ਮੈਂ ਤਾਂ ਇਹੀ ਕਹਿੰਦਾ ਸੀ ਵੀ ਟਕੀ ਰਹਿ, ਆਪਦੀ ਇੱਜ਼ਤ ਆਪਦੇ ਪੱਲੇ ਹੁੰਦੀ ਆ। ਕੋਈ ਗੱਲ ਨੀ, ਮੈਨੂੰ ਪਤਾ ਵੀ ਕਿੱਥੇ ਕਿ ਮੇਰੀ ਇੱਜ਼ਤ ਕਿੰਨੀ ਕਾ। ਠੀਕ ਹੈ, ਤੂੰ ਆਪਣੀ ਇੱਜ਼ਤ ਹੀ ਸਾਂਭ ਕੇ ਰੱਖ ਲਾ, ਉਹੀ ਬਹੁਤ ਆ। ਉਹ ਚੱਲ ਕੋਈ ਗੱਲ ਨੀ ਬਿਕਰਾ, ਇਹ ਕਿਹੜਾ ਕੋਈ ਲੜਾਈ ਵਾਲੀ ਗੱਲ ਆ, ਕੋਈ ਗੱਲ ਨੀ, ਆਹ ਦੱਸ ਦੇਣ ਨੂੰ ਆਪੇ ਪਤਾ ਲੱਗ ਜੂਗਾ। ਠੀਕ ਹੈ, ਹੜਦੇ ਨੀ ਕਰੀਰਾਂ ਨਾਲ ਕੇਲੇ ਖਾਣੋ ਹੈ, ਛਿੱਲੇ ਜਾਣਗੇ ਪਿੰਡੇ, ਦੇਖ ਲਿਓ। ਕੋਈ ਗੱਲ ਨੀ, ਆਹ ਦੇਖ ਲਾ ਲੱਛਣ ਇਹਦੇ, ਹਜੇ ਕਹਿੰਦਾ ਛਿੱਲੇ ਜਾਣਗੇ ਪਿੰਡੇ, ਇਹੋ ਜਿਹੇ ਪਿੰਡੇ ਨੀ ਜਿਹੜੇ ਛਿੱਲੇ ਜਾਣਗੇ। ਤੂੰ ਦੇਖ ਜਿਹੜਾ ਤੁਹਾਨੂੰ ਹੰਕਾਰ ਹੋਇਆ ਪਿਆ ਨਾ, ਇਹ ਤੁਹਾਡਾ ਹੰਕਾਰ ਹੀ ਟਾੜਾ ਕਰਨਾ, ਨਹੀਂ ਤਾਂ ਮੈਂ ਜਮਾਂ ਨਹੀਂ ਖੜਾ ਕਰਦਾ ਸੀ ਵੋਟਾਂ 'ਚ। ਮੈਨੂੰ ਪਤਾ ਜੇ ਕਿਤੇ ਇਹ ਪਿੰਡ ਦਾ ਸਰਪੰਚ ਬਣ ਗਿਆ ਨਾ, ਉਹੀ ਕੰਮ ਕਰੂ ਜਿਹੜਾ ਚੰਨੀ ਕਰਦਾ ਹੁੰਦਾ ਸੀ। ਇਹ ਕਿਹੜਾ ਕੋਈ ਚੰਨੀ ਨਾਲੋਂ ਘੱਟ ਆ, ਪਹਿਲਾਂ ਚੰਨੀ ਨੂੰ ਗੱਡੀ ਚੜਾਇਆ, ਜੇ ਕਿਤੇ ਇਹ ਸਰਪੰਚ ਬਣ ਗਿਆ ਨਾ, ਇਹਨੂੰ ਵੀ ਗੱਡੀ ਚੜਾਉਣਾ ਪੈ ਜੂਗਾ। ਨਹੀਂ ਨਹੀਂ ਅੰਕਲ, ਆਹ ਗੱਲਾਂ ਨਾ ਕਰੋ ਤੁਸੀਂ ਬਸ। ਉਹ ਗੱਲਾਂ ਮੈਂ ਆਹੀ ਕਰਦਾ, ਜੇ ਕਿਤੇ ਸਰਪੰਚ ਬਣ ਗਿਆ ਬਾਕੀ ਗੱਡੀ ਚੜਾਉਣਾ ਪਊਗਾ। ਮੈਨੂੰ ਐਂ ਆ ਜੇ ਕਿਤੇ ਤੂੰ ਸਰਪੰਚ ਨਹੀਂ ਬਣ ਗਈ ਤਾਂ ਇਹਨੂੰ ਗੱਡੀ ਚੜਾਉਣ ਦੀ ਲੋੜ ਹੀ ਨਹੀਂ, ਆਪਾਂ ਉਹ ਵੀ ਮਾਰ ਦਿਆਂਗੇ। ਇਹਨੂੰ ਸਰਪੰਚ ਕੌਣ ਬਣਾਉਣ ਲੱਗਿਆ, ਇਹਨੂੰ ਪਤਾ ਕਾਹਦਾ? ਉਹ ਪਤਾ ਨਹੀਂ, ਤੈਨੂੰ ਗੱਲ ਦਾ ਪਤਾ ਨਹੀਂ, ਜਿਹੜੇ MLA ਹੁੰਦੇ ਨਾ ਬਹੁਤ ਜ਼ੋਰ ਲਾਉਂਦੇ ਆ, ਅੱਜ ਕੱਲ੍ਹ ਪੈਸਾ ਚੱਲਦਾ, ਇਹਨਾਂ ਨੂੰ ਪੈਸੇ ਦਾ ਹੰਕਾਰ ਆ ਵੀ ਵੋਟ ਤਾਂ ਸਾਨੂੰ ਮਿਲ ਹੀ ਜਾਣੀ ਆ। ਤੈਨੂੰ ਨਹੀਂ ਪਤਾ ਨਹੀਂ ਅੰਕਲ, ਮੈਨੂੰ ਵੀ ਮੇਰੀ ਕਿਸਮਤ ਤੇ ਪੂਰਾ ਯਕੀਨ ਆ, ਇੰਨੇ ਵੀ ਆਪਾਂ ਰੱਬ ਦੇ ਨਾ ਮਾਂ ਨਹੀਂ ਮਾਰੇ ਹੋਏ। ਆਪਾਂ ਚੰਨੀ ਨੂੰ ਮਾਰ ਸਕਦੇ ਆ, ਇੱਥੇ ਚੀਜ਼ ਹੀ ਕੁਛ ਨਹੀਂ। ਚੱਲ ਕੋਈ ਗੱਲ ਨਹੀਂ, ਚਲੋ ਤੁਸੀਂ ਚਾਹ ਪੀਓ, ਟੈਨਸ਼ਨ ਨਾ ਲਓ। ਚੱਲ ਤੂੰ ਆ ਦੇਖ, ਆਪਾਂ ਆਪਦਾ ਕੰਮ ਕਰੀਏ, ਜਦੋਂ ਇੱਥੋਂ ਆਪਾਂ ਐਡਵਾਈਜ਼ ਕਰਦੇ ਨਾ, ਆ ਦੇਖ ਇੱਕ ਵਾਰੀ ਸਰਪੰਚੀ ਮਿਲ ਜੇ ਨਾ ਤੇ ਫਿਰ ਸਾਰੇ ਧੋਣੇ ਧੋਤੇ ਜਾਣਗੇ, ਮਨ ਦੀਆਂ ਰੀਝਾਂ ਪੂਰੀ। ਸਤਿ ਸ਼੍ਰੀ ਅਕਾਲ ਬਾਪੂ ਜੀ, ਆ ਗਏ ਤੁਸੀਂ? ਹਾਂ, ਤੂੰ ਠੀਕ ਆ ਪੁੱਤ? ਹਾਂਜੀ ਬੇਟੇ, ਆ ਗਈ ਮੇਰੀ ਧੀ, ਬਹਿ ਜਾ ਮੇਰੇ ਪੁੱਤ। ਕਦੋਂ ਆ ਗਏ ਸੀ ਤੁਸੀਂ? ਮੈਨੂੰ ਤਾਂ ਕਈ ਦਿਨ ਹੋ ਗਏ ਪੁੱਤ ਆਏ ਨੂੰ, ਤੇ ਤੈਨੂੰ ਕਿਵੇਂ ਪਤਾ ਲੱਗਿਆ? ਮੈਨੂੰ ਤਾਂ ਅੱਜ ਮੰਮੀ ਨੇ ਦੱਸਿਆ ਫੋਨ ਤੇ, ਗੱਲ ਤਾਂ ਮੇਰੀ ਰੋਜ਼ ਹੁੰਦੀ ਆ, ਉਹਨੇ ਮੈਨੂੰ ਅੱਜ ਪਤਾ ਲੱਗਿਆ ਹੋਣਾ। ਠੀਕ ਹੈ ਪੁੱਤ। ਧੀਏ ਮਾਫ ਕਰੀ, ਮੈਂ ਤੇਰਾ ਵਿਆਹ ਨਹੀਂ ਨਾ ਕਰ ਸਕਿਆ ਤੇ ਮੈਂ ਤੇਰੇ ਵਿਆਹ ਦੇ ਵਿੱਚ ਸ਼ਾਮਿਲ ਵੀ ਨਹੀਂ ਹੋ ਸਕਿਆ, ਕਿਉਂ ਜੇਲ੍ਹ ਹੋ ਗਈ। ਚਲੋ ਇਹ ਮੇਰੀ ਗਲਤੀ ਕਰਕੇ ਹੋ ਗਈ। ਹਾਂਜੀ। ਹਾਂ ਪੁੱਤ, ਤੂੰ ਮਾਫ ਕਰੀ, ਘਰ ਬਾਰ ਵਧੀਆ ਤੇਰਾ? ਹਾਂਜੀ ਬਾਪੂ ਜੀ, ਬਹੁਤ ਵਧੀਆ ਜੀ। ਠੀਕ ਹੈ ਪੁੱਤ, ਤੇ ਮੈਂ ਹਜੇ ਤੇਰੇ ਕੋਲ ਤਾਂ ਨਹੀਂ ਆਇਆ ਵੀ ਕਈ ਵਾਰੀ ਰਿਸ਼ਤੇਦਾਰ ਕਹਿੰਦਾ ਲੈ ਜੇਲ੍ਹ 'ਚੋਂ ਆ ਕੇ ਇੱਥੇ ਆ ਕੇ ਬਹਿ ਗਿਆ, ਮਖਾ ਹਜੇ ਮੈਂ ਬਾਹਰਲੇ ਕੰਮ ਕਰ ਲਾਂ। ਕੋਈ ਨਹੀਂ ਧੀਏ, ਤੇਰੇ ਸਹੁਰੇ ਘਰ ਵੀ ਮੈਂ ਆਊਂਗਾ। ਤੇ ਤੇਰੀ ਮਾਂ ਕਿੱਥੇ ਗਈ ਵੀ ਹੈ? ਮੰਮੀ ਤਾਂ ਤੀਰਥ ਯਾਤਰਾ ਤੇ ਗਈ ਜਦੋਂ ਦੀ, ਜਦੋਂ ਤੁਸੀਂ ਜੇਲ੍ਹ 'ਚ ਗਏ ਹੋ। ਅੱਛਾ, ਤਾਂ ਸੁੱਖ ਲੈਣ ਗਈ ਹੈ ਵੀ ਤੁਸੀਂ ਘਰੇ ਆ ਜਾਓਗੇ, ਸੁਧਰ ਕੇ ਤੇ ਮੇਰਾ ਵਿਆਹ ਹੋ ਜੇ। ਅੱਛਾ, ਐਂ ਸੁੱਖ ਸੁੱਖੀ ਸੀ ਉਹਨੇ ਵੀ ਮੈਂ ਘਰੇ ਆ ਜਾ? ਹਾਂਜੀ। ਜੇਲ੍ਹ 'ਚ ਬਾਹਰ ਹੋ ਜਾ? ਹੋਰ ਧੀਏ, ਹੁਣ ਤਾਂ ਤੇਰੀ ਮਾਂ ਦੀ ਸੁੱਖ ਪੂਰੀ ਹੋ ਗਈ, ਮੈਂ ਜੇਲ੍ਹ 'ਚ ਵਰੀ ਹੋ ਕੇ ਆ ਗਿਆ ਤੇ ਫਿਰ ਤੇਰੀ ਮਾਂ ਨੂੰ ਕਹਿ ਦੇ ਛੇਤੀ ਮੁੜ ਆਊਗੀ। ਹਾਂਜੀ ਡੈਡੀ, ਗੱਲ ਤਾਂ ਮੇਰੀ ਮੰਮੀ ਨਾਲ ਹੋਈ ਆ, ਉਹ ਇੱਕ ਹਫ਼ਤੇ ਤੱਕ ਆ ਜਾਣਗੇ, ਬਾਕੀ ਮੈਂ ਸ਼ਾਮੀ ਫੋਨ ਲਾ ਕੇ ਪੁੱਛ ਲਾਂਗਾ ਉਹਨਾਂ ਨੂੰ। ਠੀਕ ਹੈ ਪੁੱਤ, ਤੇ ਤੂੰ ਬੈਠ, ਮੈਂ ਤੇਰੇ ਵਾਸਤੇ ਦੋ ਕੁ ਟੱਚ ਆ ਦੀਆਂ ਬਣਾ ਲਿਆਵਾਂ। ਨਾ ਬਾਪੂ, ਚਾਹ ਨੂੰ ਕੀ ਬਸ, ਮੈਂ ਲੈਣੀ ਚਾਹ ਕਰਕੇ। ਬੈਠ ਬਾਪੂ। ਅੱਛਾ, ਹਾਂ ਦੇਖ ਲੈ, ਧੀਆਂ ਵੀ ਕਿੰਨੀਆਂ ਸਿਆਣੀਆਂ ਹੁੰਦੀਆਂ ਸੱਚੇ ਪਾਤਸ਼ਾਹ। ਲੈ ਧੀ ਨਾਲ ਵੀ ਮੇਰਾ ਘਰ ਭਰ ਗਿਆ, ਤੇ ਜਦੋਂ ਇਹਦੀ ਮਾਂ ਆ ਗਈ ਫਿਰ ਤਾਂ ਹੋਰ ਵੀ ਘਰ 'ਚ ਖੁਸ਼ੀਆਂ ਆ ਜਾਣਗੀਆਂ। ਪਰ ਮੈਂ ਪ੍ਰਧਾਨ ਪਿੱਛੇ ਲੱਗ ਕੇ ਕੰਮ ਗਲਤ ਕਰ ਲਿਆ ਸੀ, ਪਰ ਜਿਹੜੀ ਇਹ ਮਿੱਠੀ ਹੱਡੀ ਹੋ ਗਈ ਨਾ, ਇਹ ਵੀ ਚੂਸਣ ਦੀ ਆਦਤ ਪੈ ਗਈ, ਹਜੇ ਕਿਹੜਾ ਸੰਭਲ ਗਈ। ਚੱਲ ਕੋਈ ਨਹੀਂ,
ਆ ਜੂਗੀ ਘਰ ਵਾਲੀ ਨੇ ਕਿੱਥੇ ਜਾਣਾ। ਰੀਤ ਰੀਤ ਕਿਵੇਂ ਆ ਤੂੰ? ਲਵੀ ਤੂੰ ਇੱਥੇ ਕੀ ਕਰਦਾ? ਕਿਵੇਂ ਆ ਤੂੰ? ਠੀਕ ਆ। ਮੈਂ ਤਾਂ ਤੇਰੇ ਨਾਲ ਇੱਕ ਗੱਲ ਕਰਨ ਆਇਆ ਸੀ। ਗੱਲ ਕਰਨ ਆਇਆ ਸੀ? ਕੀ ਗੱਲ? ਹੁਣ ਤੂੰ ਸਰਪੰਚ ਦੇ ਘਰੇ ਰਹਿਣ ਲੱਗ ਗਈ? ਹਾਂ ਰਵੀ, ਮੈਨੂੰ ਨਾ ਆਪਣੇ ਘਰੇ ਬਾਲਾ ਡਰ ਲੱਗਣ ਲੱਗ ਗਿਆ ਸੀ। ਮੈਨੂੰ ਵੀ ਤੇਰੀ ਫਿਕਰ ਲੱਗਿਆ ਰਹਿੰਦਾ ਸੀ। ਮੈਂ ਤੈਨੂੰ ਇਹੀ ਕਹਿਣਾ ਹੋਇਆ ਵੀ ਤੂੰ ਸਰਪੰਚ ਨਾਲ ਵਿਆਹ ਕਰਾ ਲਾ, ਨਾਲੇ ਉਹ ਵੀ ਚੰਗਾ ਬੰਦਾ ਹੈਗਾ। ਲੈ ਐਂ ਕਿਵੇਂ ਸਰਪੰਚ ਨਾਲ ਵਿਆਹ ਕਰਾਉਣਾ, ਪਾਗਲ ਆ ਤੂੰ? ਨਾਲੇ ਤੂੰ ਬਿੱਕਰ ਨੂੰ ਛਡਾਈ ਫਿਰਦੀ ਆ, ਉਹਨੇ ਤਾਂ ਮੈਨੂੰ ਮਾਰਿਆ ਸੀ। ਤੂੰ ਮੇਰਾ ਬਦਲਾ ਨਹੀਂ ਲੈਣਾ ਸਰਪੰਚ ਨਾਲ ਰਲ ਕੇ? ਬਦਲਾ ਤਾਂ ਲੈਣਾ ਰਵੀ, ਜੇ ਮੈਂ ਬਿੱਕਰ ਨੂੰ ਨਾ ਛੁਡਾਉਂਦੀ ਤਾਂ ਸਰਪੰਚ ਅੰਕਲ ਸਾਰੀ ਉਮਰ ਵਾਸਤੇ ਜੇਲ੍ਹ 'ਚ ਬੈਠੇ ਰਹਿੰਦੇ। ਬਸ ਤੂੰ ਫਿਰ ਮੇਰੀ ਗੱਲ ਮੰਨ ਕੇ ਨਾ ਤੂੰ ਸਰਪੰਚ ਨਾਲ ਵਿਆਹ ਕਰਾ ਲਾ ਅਤੇ ਮੇਰਾ ਬਦਲਾ ਲੈ ਲਈ ਹੁਣ। ਚੱਲ ਠੀਕ ਆ, ਚੱਲਿਆ ਮੈਂ। ਰੀਤ ਚੰਨੀ ਤੂੰ ਤੂੰ ਇੱਥੇ ਕੀ ਕਰਦਾ? ਮੈਨੂੰ ਮਾਰ ਕੇ ਤੈਨੂੰ ਮੈਂ ਬਚ ਜਾਏਗੀ? ਮੈਂ ਨਹੀਂ ਛੱਡਦਾ ਤੈਨੂੰ। ਸੁਪਨਾ ਸੀਗਾ, ਪਹਿਲਾਂ ਜਿੰਦੇ ਜੀ ਨਹੀਂ ਜੀਣ ਦਿੱਤਾ, ਹੁਣ ਮਰ ਕੇ ਵੀ ਨਹੀਂ ਕੰਜਰ ਸਾਹ ਲੈਂਦਾ। ਪਤਾ ਨਹੀਂ ਕੀ ਚਾਹੁੰਦਾ ਰੱਬਾ, ਦਿਮਾਗ ਖਰਾਬ ਕਰਤਾ ਚੰਨੀ ਨੇ। ਤਾਂ ਨਵੇਂ ਜੱਪ ਖੜਾ ਹੋ ਗਿਆ। ਮੈਂ ਰੀਤ ਦੇ ਬਰਾਬਰ ਸਰਪੰਚ 'ਚ ਖੜੀ ਹੋ ਗਈ ਫਿਰ ਤਾਂ ਬਹੁਤ ਔਖਾ ਹੋ ਗਿਆ। ਪ੍ਰਧਾਨ ਨੇ ਕਹਿੰਦਾ ਸੀ ਸਰਪੰਚ ਮੈਨੂੰ ਕਰਾਉਣੀ, ਮਰਜ਼ੀ ਮੈਨੂੰ ਲੱਗਦਾ ਪਹਿਲਾਂ ਮੈਨੂੰ ਕਿਤੇ ਰੀਤ ਨਾ ਬਾਜੀ ਮਾਰ ਜਾ। ਉਹ ਵਿਕਰਾ ਉਹ ਚੰਨੀ ਪ੍ਰਧਾਨ ਕਹਿੰਦਾ ਸੀ ਵੀ ਜਦੋਂ ਕੋਈ ਔਖਾ ਵੇਲਾ ਹੋਇਆ ਤੂੰ ਮੈਨੂੰ ਯਾਦ ਕਰ ਲਈ, ਇੱਦੂ ਔਖਾ ਕਿਹੜਾ ਹੋ, ਯਾਦ ਕਰੀਏ। ਉਹ ਚੰਨੀ ਪ੍ਰਧਾਨ ਆ ਜਾ ਫਿਰ, ਇੱਦੋਂ ਵੱਡੀ ਮੁਸੀਬਤ ਕਿਹੜੀ ਹੋ ਸਕਦੀ ਹੈ? ਜਦੋਂ ਰੀਤ ਸਰਪੰਚ 'ਚ ਬਰਾਬਰ ਖੜੀ ਹੋਊਗੀ ਜਾਂ ਮੈਨੂੰ ਹਰਾ ਤਾਂ ਫੇਰ ਆਏਗਾ। ਆ ਜਾ। ਮੈਂ ਤਾਂ ਕਦੋਂ ਦਾ ਆ ਗਿਆ? ਆ ਗਿਆ ਚੰਨੀ? ਹਾਂ ਸੱਚੀ ਪ੍ਰਧਾਨ ਨੂੰ ਯਾਦ ਕੀਤਾ ਹੋਵੇ ਤਾਂ ਆਵੇ ਨਾ, ਤੈਨੂੰ ਕਿਹਾ ਮੈਂ ਤੇਰੇ ਨਾਲ ਹੈ। ਠੀਕ ਹੈ ਪ੍ਰਧਾਨ, ਯਕੀਨ ਨਹੀਂ ਕੀਤਾ? ਨਹੀਂ ਹੁਣ ਮੈਨੂੰ ਯਕੀਨ ਆ ਗਿਆ, ਜੇ ਤੂੰ ਐਂ ਆ ਜਾ ਕਰੇਗਾ ਨਾ ਫੇਰ ਨਹੀਂ ਆਪਾਂ ਹਾਰਦੇ। ਚੰਨੀ ਮੈਂ ਤੇਰੇ ਨਾਲ ਹੈ, ਉਹ ਤੈਨੂੰ ਕਿਉਂ ਫਿਕਰ ਕਰਦਾ? ਉਹ ਤੈਨੂੰ ਮੈਂ ਕਿਹਾ ਸੀ ਮੇਰਾ ਬਦਲਾ ਪੂਰਾ ਕਰਦੇ, ਉਹ ਨਜ਼ਰ ਮੈਂ ਕਿੱਥੇ ਨਹੀਂ ਜਾ ਸਕਦਾ। ਸਰਪੰਚ ਨੂੰ ਮਾਰ, ਰੀਤ ਨੂੰ ਮਾਰ, ਤੂੰ ਫੇਰ ਹੀ ਸਰਪੰਚ ਹੀ ਕਰੇਗਾ ਉਲੂਆ। ਹੁਣ ਤੂੰ ਸਰਪੰਚ ਹੀ ਖੜੀ ਹੋ ਗਈ, ਉਹ ਰੀਤ ਜਿੱਤ ਜੂ, ਮੁੜ ਕੇ ਤੈਨੂੰ ਕੁਛ ਨਹੀਂ ਮਿਲਣਾ। ਇਸ ਕਰਕੇ ਕਹਿਣਾ ਉਹਨੂੰ ਉਹਦਾ ਖਾਤਮਾ ਕਰ ਦੇ ਅਤੇ ਮੇਰੀ ਆਤਮਾ ਨੂੰ ਸ਼ਾਂਤੀ ਦਵਾ ਦੇ। ਇਹ ਮੇਰਾ ਤੇਰਾ ਵਾਅਦਾ ਰਹੇਗਾ ਪ੍ਰਧਾਨ, ਰੀਤ ਨੂੰ ਮੈਂ ਮਾਰ ਦੂੰ, ਪਰ ਐਂ ਨਹੀਂ ਜੇ ਮੈਂ ਹੁਣੀ ਰੀਤ ਨੂੰ ਮਾਰਤਾ ਜਾਂ ਚਰਨੇ ਨੂੰ ਮਾਰਤਾ ਤੇ ਫਿਰ ਮੇਰੀ ਸਰਪੰਚੀ ਵਿੱਚੇ ਰੁਲ ਜੂਗੀ। ਉਹ ਸਰਪੰਚੀ ਨਹੀਂ ਮਿਲਣੀ ਤੈਨੂੰ, ਉਹਨਾਂ ਦੀ ਜਿੱਤ ਹੋਣੀ ਹੈ। ਮੈਨੂੰ ਪਤਾ ਹੈ ਫਿਰ ਇਹ ਰਾਜਨੀਤੀ ਖੇਡੀ ਜਾਂਦੀ ਹੈ ਮੈਡਮ। ਤੇ ਫਿਰ ਹੁਣ
ਪ੍ਰਧਾਨ ਜੀ ਕੋਈ ਹੱਲ ਕਰੋ, ਫਿਰ ਤੁਹਾਡਾ ਕੀ ਫਾਇਦਾ ਮੈਨੂੰ ਯਾਦ ਕਰਨ ਦਾ। ਮੈਂ ਤੈਨੂੰ ਕਹੀ ਜਾਂਦਾ, ਅਰੀਤ ਨੂੰ ਮਾਰ, ਉਸ ਮਰਜ਼ੀ ਕਰ, ਕੋਈ ਚੀਜ਼ ਸਕੀਮ ਲਾ, ਐਕਸੀਡੈਂਟ ਮੈਂ ਕਰਾ ਸਕਦਾ, ਗੱਡੀ ਪਲਟਾ ਸਕਦਾ, ਜਿਵੇਂ ਮਰਜ਼ੀ ਕਹੇਗਾ ਉਵੇਂ। ਇਹਨੂੰ ਕਿਵੇਂ ਘਰੋਂ ਬਾਹਰ ਕੱਢ? ਠੀਕ ਹੈ ਫਿਰ ਪ੍ਰਧਾਨ, ਜੇ ਮੈਂ ਉੱਥੇ ਮੌਕੇ 'ਤੇ ਖੜੀ ਰਹੂੰ, ਖੜੀ ਵੇਲੇ ਸੱਦ ਲਿਆ, ਤੂੰ ਆ ਕੇ ਫਿਰ ਗਲ ਘੁੱਟ ਦੀ ਉਹਦਾ? ਉਹ ਐਂ ਮੈਂ ਨਹੀਂ ਕਰ ਸਕਦਾ, ਕੋਈ ਚੀਜ਼ ਹੋਵੇ, ਮੰਨ ਲਓ ਐਕਸੀਡੈਂਟ ਹੋਵੇ, ਮੰਨ ਲਓ ਉੱਧਰੋਂ ਦੇ ਇੱਥੇ ਖੜੀ ਆ ਮੋਟਰ ਗੱਡੀ, ਉਵੇਂ ਕਰ ਸਕਦਾ ਮੈਂ? ਐਵੇਂ ਨਹੀਂ ਕਰ ਸਕਦਾ, ਇਹ ਤਾਂ ਮੈਂ ਕਦੋਂ ਦਾ ਮਾਰ ਦਿੰਦਾ। ਚੱਲ ਠੀਕ ਹੈ ਪ੍ਰਧਾਨ, ਹੁਣ ਤੂੰ ਜਾ ਵੜਾ, ਅਤੇ ਮੈਨੂੰ ਯਕੀਨ ਆ ਗਿਆ ਕਿ ਤੂੰ ਮੇਰੇ ਕੋਲ ਜਦੋਂ ਮੈਂ ਸੱਦੂੰਗਾ ਉਦੀ ਆ ਜਾਏਗਾ, ਹੈ ਨਾ? ਚੱਲ ਚਲਾ ਗਿਆ। ਸੱਚੂ ਹੈ ਤਾਂ ਕਰਾਮਤ, ਇਸ ਗੱਲੋਂ ਤੈਨੂੰ ਘਬਰਾਉਣਾ ਵੀ ਨਹੀਂ ਚਾਹੀਦਾ, ਪਰ ਡਰ ਲੱਗਦਾ ਵੀ ਤਾਂ ਯਾਦ ਕਰੇ ਤੂੰ ਆ ਗਿਆ। ਚੱਲ ਰੀਤ ਦਾ ਅਤੇ ਚਰਨੇ ਦਾ ਕੰਡਾ ਤਾਂ ਇਹ ਤੋਂ ਕਢਵਾਵਾਂਗੇ, ਤੂੰ ਐਵੇਂ ਨਾ ਸੋਚਿਆ ਕਰ, ਇਹ ਤਾਂ ਜਦੋਂ ਯਾਦ ਕੀਤਾ ਉਦੀ ਆ ਜਾਊ।